ਜਸ ਪੰਜਾਬੀ ਦੇਖਦੇ ਹੋਏ ਸਾਰੇ ਦਰਸ਼ਕਾਂ ਨੂੰ ਮੇਰੇ ਵੱਲੋਂ ਪਿਆਰ ਭਰੀ ਸਤਿ ਸ਼੍ਰੀ ਅਕਾਲ ਤੁਹਾਡਾ ਸਵਾਗਤ ਪ੍ਰੋਗਰਾਮ ਅੱਜ ਦਾ ਮੁੱਦਾ ਦੇ ਵਿੱਚ ਮੈਂ ਤੁਹਾਡੀ ਹੋਸਟ ਆਸ਼ਮਿਤਾ ਸਾਰਿਆਂ ਨੂੰ ਅੱਜ ਦੇ ਸ਼ੋਅ ਦੇ ਵਿੱਚ ਸਵਾਗਤ ਕਰਦੇ ਹਾਂ ਪਹੁੰਚੇ ਹਾਂ ਇੰਡੀਆਨ ਐਪੋਲਿਸ ਇੰਡੀਆਨਾ ਦੇ ਵਿੱਚ ਤੁਹਾਨੂੰ ਪਤਾ ਹੈ ਜਿਸ ਤਰ੍ਹਾਂ ਸਪੈਸ਼ਲ ਕਿਕ ਆਫ ਇਸ ਰੋਡ ਟ੍ਰਿਪ ਦਾ ਕਲਕੱਤਾ ਸੀ ਆਮ ਆਪਾਂ ਇੱਕ ਮੈਂ ਕਵਾਂਗੀ ਪਹਿਲੀ ਸਟਾਰਟ ਕਰ ਰਹੇ ਹਾਂ ਕੋਵਿਡ ਤੋਂ ਬਾਅਦ ਇਸ ਟ੍ਰਿਪ ਤੇ ਉਹ ਚੀਜ਼ ਦੇ ਵਿੱਚ ਜੋ ਜਸ ਟੀਮ ਦੀ ਬਹੁਤ ਖਾਸੀਅਤ ਹੈ ਜੇ ਜੋ ਕਿ ਤੁਹਾਡੇ ਸ਼ਾਇਰ ਚ ਆ ਕੇ ਤੁਹਾਡੇ ਮਸਲੇ ਆ ਤੁਹਾਡੇ ਮੁੱਦਿਆਂ ਦੀ ਗੱਲ ਕਰਨੀ ਤੁਹਾਡੇ ਨਾਲ ਸੋ ਅੱਜ ਇੰਡੀਅਨ ਐਪਲਿਸ ਪਹੁੰਚਿਆ ਸਭ ਤੋਂ ਪਹਿਲੇ ਤਾਂ ਮੈਂ ਥੈਂਕ ਯੂ ਕਰਨਾ ਚਾਹਨੀ ਆ ਜੋ ਸਾਡੇ ਗ੍ਰੇਸ਼ੀਅਸ ਹੋਸਟ ਹਮੇਸ਼ਾ ਸਾਨੂੰ ਇੱਥੇ ਆ ਉਹ ਸਾਡੇ ਵੈਲਕਮ ਕਰਦੇ ਪਰਿਵਾਰ ਦੀ ਤਰ੍ਹਾਂ ਬਹੁਤ ਹੀ ਪਿਆਰ ਦਿੰਦੇ ਆ ਲਖਵੀਰ ਸਿੰਘ ਜੋਲ ਜੀ ਜਿਨ੍ਹਾਂ ਦੇ ਰੈਸਟੋਰੈਂਟ ਇੰਡੀਆ ਪੈਲੇਸ ਦੇ ਵਿੱਚ ਅੱਜ ਪਹੁੰਚੇ ਆ ਤੇ ਆਫ ਕੋਰਸ ਜਦੋਂ ਇੰਡੀਆ ਪੈਲੇਸ ਦੀ ਗੱਲ ਆਉਂਦੀ ਹੈ ਇੱਥੇ ਦੇ ਕੁਝ ਕਮਿਊਨਿਟੀ ਲੀਡਰ ਸਾਡੀ ਸਾਡੀ ਕਮਿਊਨਿਟੀ ਦੇ ਜੋ ਲੀਡਰਸ ਨਾ ਕਿ ਸਿਰਫ ਕਾਰੋਬਾਰ ਦੇ ਵਿੱਚ ਜਾਂ ਧਾਰਮਿਕ ਤੌਰ ਤੇ ਪੰਥਕ ਤੌਰ ਤੇ ਕਮਿਊਨਿਟੀ ਸਰਵਿਸ ਤੌਰ ਤੇ ਅੱਗੇ ਖੜ ਕੇ ਸਿੱਖਾਂ ਦੀ ਜਗਾ ਇਸ ਸ਼ਹਿਰ ਦੇ ਵਿੱਚ ਬਣਾ ਰਹੇ ਹਨ ਇੰਡੀਆਨ ਨੈਪੋਲਿਸ ਇਜ਼ ਵਨ ਆਫ ਦਾ ਫਾਸਟਸਟ ਗਰੋਇੰਗ ਸਿਟੀਜ਼ ਇਨ ਦਾ ਯੂਨਾਈਟਿਡ ਸਟੇਟ ਤੇਪਾ ਪਹਿਲੇ ਆ ਕੇ ਵੀ ਇੱਥੇ ਦੇ ਲੋਕਲ ਪੋਲਿਟਿਕਸ ਦੀ ਗੱਲ ਕੀਤੀ ਆਮ ਕਿ ਕਿੰਨਾ ਕੁ ਮਾਇਨਾ ਸਾਡੀ ਕਮਿਊਨਿਟੀ ਰੱਖਦੀ ਹੈ ਇੱਥੇ ਦੇ ਪੋਲਿਟੀਕਲ ਸੀਨ ਦੇ ਵਿੱਚ ਤੇ ਕਿਸ ਤਰ੍ਹਾਂ ਉਹ ਹੋਰ ਅੱਗੇ ਵਧ ਸਕਦੇ ਆ ਤੇ ਜਿੱਥੇ ਪੋਲਿਟਿਕਸ ਦੀ ਗੱਲ ਆਉਂਦੀ ਹੈ ਯੂਥ ਦੀ ਗੱਲ ਆਉਂਦੀ ਹੈ ਆਫਕੋਰਸ ਸਾਡੀ ਕੌਮ ਦੇ ਹੋਰ ਵੱਖ-ਵੱਖ ਮੁੱਦਿਆਂ ਦੀ ਗੱਲ ਆਉਂਦੀ ਹੈ ਕਿਸਾਨ ਮੋਰਚੇ ਦੀ ਵੀ ਗੱਲ ਆਉਂਦੀ ਇਹ ਸਾਰੀ ਚੀਜ਼ਾਂ ਨੂੰ ਅੱਜ ਕਵਰ ਕਰਾਂਗੇ ਸਪੈਸ਼ਲ ਪ੍ਰੋਗਰਾਮ ਕੁਚ ਮਹਿਮਾਨ ਵੀ ਮੌਜੂਦ ਹਨ ਤੇ ਮੇਰੇ ਬਹੁਤ ਸਪੈਸ਼ਲ ਗੈਸ ਇੱਥੇ ਪਹੁੰਚੇ ਸੋ ਮੈਨੂੰ ਬਹੁਤ ਖੁਸ਼ੀ ਹੋ ਰਹੀ ਹੈ ਸਾਡੇ ਪਹਿਲੇ ਗੈਸ ਦੇ ਨਾਲ ਅੱਜ ਤੁਹਾਨੂੰ ਇੰਟਰੋਡਿਊਸ ਕਰਾਂਦੇ ਹੋਏ ਪਲੀਜ਼ ਜੁਆਇਨ ਮੀ ਇਨ ਵੈਲਕਮਿੰਗ ਟੂ ਸਾਰੇ ਆਲਰੀਡੀ ਨਾ ਜਾਣਦੇ ਹੋ ਬਟ ਫਿਰ ਵੀ ਦੱਸ ਦਿੰਦੇ ਆ ਸਾਡੇ ਨਾਲ ਜੁੜੇ ਹਨ ਮੇਰੇ ਨਾਲ ਜੁੜੇ ਹਨ ਸਾਡੇ ਪਹਿਲੇ ਗੈਸਟ ਪਰਮਜੀਤ ਸਿੰਘ ਸਿੱਧੂ ਜੀ ਸਭ ਤੋਂ ਪਹਿਲੇ ਪ੍ਰਧਾਨ ਜੀ ਜਿਦਾ ਤੁਹਾਨੂੰ ਕਿਹਾ ਜਾਂਦਾ ਇੱਥੇ ਆਫ ਕੋਰਸ ਤੁਹਾਡੀ ਬਹੁਤ ਸਪੈਸ਼ਲ ਜਗਾ ਹੈਗੀ ਇਸ ਕਮਿਊਨਿਟੀ ਦੇ ਵਿੱਚ ਜਿੱਥੇ ਗ੍ਰੀਨਵੁੱਡ ਗੁਰਦੁਆਰੇ ਦੀ ਗੱਲ ਆਂਦੀ ਹੈ ਤੁਸੀਂ ਇੱਥੇ ਪ੍ਰਧਾਨ ਰਹਿ ਚੁੱਕੇ ਹੋ ਬਟ ਉਹ ਇੱਕ ਮਤਲਬ ਜੋ ਤੁਹਾਡੀ ਆਈਡੈਂਟੀਟੀ ਉਸ ਚੀਜ਼ ਦੇ ਨਾਲ ਜੁੜ ਗਈ ਹੈ ਤੇ ਸਾਨੂੰ ਤੁਹਾਨੂੰ ਸਾਰੇ ਪਿਆਰ ਦੇ ਨਾਲ ਪ੍ਰਧਾਨ ਜੀ ਕਹਿੰਦੇ ਆ ਸੋ ਵੈਲਕਮ ਟੂ ਦ ਸ਼ੋ ਸਤਿ ਸ਼੍ਰੀ ਅਕਾਲ ਤੁਹਾਡਾ ਐਂਡ ਥੈਂਕ ਯੂ ਫਾਰ ਬੀਇੰਗ ਹੇਅਰ ਵਿਦ ਅਸ ਹਾਂਜੀ ਅਸ਼ਫਾ ਜੀ ਸਭ ਤੋਂ ਪਹਿਲਾਂ ਜੱਸ ਪੰਜਾਬੀ ਦੇਖ ਰਹੀ ਸਮੁੱਚੀ ਜੋ ਵੀ ਦੇਸ਼ ਪ੍ਰਦੇਸ਼ ਦੇ ਵਿੱਚ ਸਮੁੱਚੀ ਸੰਗਤ ਜੋ ਪੰਜਾਬੀਅਤ ਪੰਜਾਬੀ ਨਾਲ ਜੁੜੇ ਜਿੰਨੇ ਵੀ ਜੱਸ ਪੰਜਾਬੀ ਨਾਲ ਜੁੜੇ ਆ ਸਾਰਿਆਂ ਨੂੰ ਮੇਰੇ ਵੱਲੋਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੋ ਅਸ਼ਫਾ ਜੀ ਤੁਸੀਂ ਗੱਲ ਕੀਤੀ ਆ ਪ੍ਰਧਾਨ ਸਾਹਿਬ ਦੀ ਪ੍ਰਧਾਨ ਸਾਹਿਬ ਇਹ ਇੱਕ ਕਹਿ ਲਿਏ ਵੀ ਪਤਾ ਨਹੀਂ ਕਿਦਾਂ ਸਟੈਂਪ ਲੱਗ ਗਈ ਆ ਜਾਂ ਅਸੀਂ ਇਹ ਸੇਵਾਦਾਰ ਬਣ ਕੇ ਗੁਜ਼ਰੇ ਆ ਪਰ ਪ੍ਰਧਾਨ ਦੀ ਸਟੈਂਪ ਉਹ ਲੱਗ ਗਈ ਸਾਡੇ ਤੇ ਪਤਾ ਹੀ ਸੇਵਾਦਾਰੀਆਂ ਤੇ ਅਸੀਂ ਪਿਛਲੇ 15 ਸਾਲ ਤੋਂ ਅੰਡਿਆਨਾ ਦੇ ਵਿੱਚ ਆ ਪਹਿਲਾਂ ਮੈਂ ਨਿਊਯਾਰਕ ਤੋਂ ਹੀ ਮੂਵ ਹੋ ਕੇ ਆਇਆ ਉੱਥੇ ਵੀ ਅਸੀਂ ਰਿਚਮੈਂਟ ਬਿਦਾ ਗੁਰੂ ਘਰ ਉਹਦੇ ਨਾਲ ਜੁੜੇ ਸੀ ਉੱਥੇ ਹੀ ਸੇਵਾ ਕਰਦੇ ਆ ਰਹੇ ਸੀ ਉੱਥੋਂ ਲਾਗ ਲੱਗੀ ਸੇਵਾ ਕਰਨ ਦੀ ਤੇ ਇੱਥੇ ਆ ਕੇ ਵੀ ਸੇਕ ਜਿੱਥੇ ਵੀ ਜਾ ਕੇ ਬੰਦਾ ਆ ਨਾਨਕ ਨੇਵਾ ਜੋ ਵੀ ਆ ਉਹਦਾ ਸਭ ਤੋਂ ਪਹਿਲਾਂ ਉਦਮ ਹੁੰਦਾ ਆ ਵੀ ਅਸੀਂ ਆਪਣਾ ਕਿਤੇ ਬੈਠ ਲਈ ਜਗਾ ਗੁਰੂ ਘਰ ਬਣਾਈਏ ਜਿੱਥੇ ਇਨਾਂ ਬਸ ਹੋਈਏ ਜਿੱਥੇ ਇਕੱਠੇ ਜੁੜ ਬੈਠੀਏ ਤੋਂ ਉਹ ਮਕਸਦ ਹੀ ਪਹਿਲਾਂ ਵੀ ਗੁਰੂ ਘਰ ਉਹ ਦੋ ਚੱਲ ਰਹੇ ਸੀ ਉਸ ਟਾਈਮ ਪਰ ਸੰਗਤ ਦੇ ਲਿਹਾਜ਼ ਨਾਲ ਚੱਲਣ ਦਾ ਵੀ ਥੋੜਾ ਦੂਰ ਪੈ ਰਿਆ ਸੀ ਵੀ ਨੇੜੇ ਕਮਿਊਨਿਟੀ ਲਈ ਲੋਕਲ ਜਿਹੜੇ ਆ ਸੀਨੀਅਰ ਬੰਦੇ ਆ ਉਹਨਾਂ ਲਈ ਨੇੜੇ ਕਮਿਊਨਿਟੀ ਲਈ ਤਾਂ ਕਿ ਗੁਰਦੁਆਰਾ ਹੋਵੇ ਤਾਂ ਤੀਸਰੇ ਗੁਰਦੁਆਰੇ ਦੀ ਸ਼ੁਰੂਆਤ ਉਸ ਟੈਪ ਹੋਈ ਸੀ ਜੀ 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 ਆਮ ਗਰਮਜੀਤ ਸਿੰਘ ਜੀ ਆਫਕੋਰਸ ਯੂ نو ਗੁਰਦੁਆਰਿਆਂ ਦਾ ਜੋ ਮਸਲਾ ਹੈ ਸਾਡੇ ਸਾਰਿਆਂ ਦਾ ਇੱਕਦਮ ਲਾਈਕ ਦਿਲੋਂ ਆਪਾਂ ਇਸ ਚੀਜ਼ ਦੇ ਨਾਲ ਜੁੜੇ ਹੋયા ਹੈ ਨਾ ਜਿਸ ਤਰ੍ਹਾਂ ਤੁਸੀਂ ਕਿਹਾ ਸਿੱਖ ਕਿਸੇ ਵੀ ਨਵੇਂ ਸ਼ਹਿਰ 'ਚ ਜਾਂਦਾ ਹੈ ਤੇ ਪਹਿਲੇ ਉਹਨਾਂ ਦੀ ਸੋਚ ਹੁੰਦੀ ਹੈ ਕਿ ਇੱਥੇ ਗੁਰਦੁਆਰਾ ਹੈਗਾ ਮੈਂ ਉੱਥੇ ਪਹੁੰਚਾਂ ਨਹੀਂ ਹੈ ਤਾਂ ਮੈਂ ਬਣਾਵਾ ਹੈ ਨਾ ਇਹ ਉਪਰਾਲਾ ਮਤਲਬ ਇਹ ਸਾਡੇ ਖੂਨ 'ਚ ਹੈਗਾ ਹੈ ਨਾ ਆਪਾਂ ਸਾਰਿਆਂ ਦੇ ਨਾਲ ਵੀ ਗੱਲ ਕਰਦੇ ਜੋ ਪੁਰਾਣੇ ਤੋਂ ਆਏ ਹੋਏ ਆ ਉਹੀ ਕਹਿੰਦੇ ਕਿ ਸਾਡਾ ਪਹਿਲਾ ਇਹ ਸੀਗਾ ਕਿ ਗੁਰਦੁਆਰਾ ਹੋਣਾ ਚਾਹੀਦਾ ਹੈ ਕਮਿਊਨਿਟੀ ਲਈ ਰਾਈਟ ਹੁਣ ਜਦੋਂ ਖਾਸ ਕਰਕੇ ਇੰਡੀਆਨ ਨੈਪਲਿਸ ਦੇ ਵਿੱਚ ਗੁਰਦੁਆਰਿਆਂ ਦੀ ਯੂ نو ਹੈਗੇ ਗੁਰਦੁਆਰੇ ਹੈਗੇ ਤੇ ਜਿੱਦਾਂ ਤੁਸੀਂ ਕਿਹਾ ਨਿਊਯਾਰਕ ਦੇ ਵਿੱਚ ਵੀ ਬਾਦੂ ਗੁਰਦੁਆਰੇ ਆ ਉਹਨਾਂ ਦੇ ਵਿੱਚ ਅਗਰ ਆਪਾਂ ਸ਼ੁਰੂਆਤ ਕਰਦੇ ਹਾਂ ਜੋ ਇੱਥੇ ਦੇ ਲੋਕਲ ਮਸਲੇ ਆ ਹੈਨਾ ਅਗਰ ਗੁਰਦੁਆਰਿਆਂ ਦੇ ਵਿੱਚ ਏਕਤਾ ਬਣਾਨੀ ਹੋਏ ਠੀਕ ਹੈ ਕਿ ਇਹ ਕੋਈ ਮਾੜੀ ਗੱਲ ਨਹੀਂ ਹੈ ਕਿ 1 2 3 5 10 ਗੁਰਦੁਆਰੇ ਤੁਸੀਂ ਬਣਾ ਲਓ ਅਗਰ ਆਪਾਂ ਚਰਚਸ ਨੂੰ ਲੈਂਦੇ ਆ ਕਿਸੇ ਵੀ ਸ਼ਹਿਰ ਦੇ ਵਿੱਚ ਕਿੰਨੇ ਵੱਧੂ ਚਰਚਸ ਹੈਗੇ ਸਿਨਾਗੋਗਸ ਲੈ ਲਓ ਮਸਜਿਦ ਲੈ ਲਓ ਹਨਾ ਤੇ ਸਾਡੇ ਸਾਡੇ ਗੁਰਦੁਆਰਿਆਂ ਦੀ ਕੋਈ ਕਮੀ ਨਹੀਂ ਹੋਣੀ ਚਾਹੀਦੀ ਇਹ ਕੋਈ ਮਾੜੀ ਗੱਲ ਨਹੀਂ ਹੈ ਬਟ ਉਹਨਾਂ ਦੇ ਵਿੱਚ ਏਕਤਾ ਕਿੱਦਾਂ ਆ ਸਕਦੀ ਹੈ ਇਹ ਵਾਸ਼ਤ ਤੁਸੀਂ ਬਹੁਤ ਵਧੀਆ ਮੁੱਦਾ ਚੱਕਿਆ ਹੈ ਕਿ ਗੁਰਦੁਆਰੇ ਦੇ ਵਿੱਚ ਏਕਤਾ ਕਿੱਦਾਂ ਚਾਹੀਦੀ ਹੈ ਗੁਰਦੁਆਰੇ 7 ਇੱਥੇ ਆਲਰੇਡੀ 7 ਤੋਂ 8 ਚੱਲ ਰਿਹਾ ਹੈ ਗੁਰਦੁਆਰੇ ਸੱਤ ਅੱਠ ਚੱਲ ਰਿਹਾ ਆ ਸਾਨੂੰ ਚ ਇਕਤਾ ਇਸ ਕਰਕੇ ਚਾਹੀਦੀ ਆ ਵੀ ਜੇ ਇੱਕ ਇੱਕ ਗੁਰੂ ਘਰ ਨੇ ਇੱਕ ਪ੍ਰੋਗਰਾਮ ਲੈ ਕੇ ਫਰਜ ਕਰੋ ਵਿਸਾਖੀ ਪ੍ਰੋਗਰਾਮ ਉਹਨਾਂ ਲੈ ਕੇ ਆ ਅਸੀਂ ਦੂਸਰੇ ਗੁਰੂ ਘਰ ਉਹ ਜਾਣਾ ਸਪੋਰਟ ਕਰੀਏ ਉੱਥੇ ਫੰਕਸ਼ਨ ਹੋਵੇ ਦੂਸਰਾ ਗੁਰੂ ਘਰ ਕੋਈ ਹੋਰ ਜਦਾਂ ਗੁਰਦੁਆਰਾ ਸਾਹਿਬ ਕੋਰ ਪਰ ਆ ਗਿਆ ਕੋਈ ਹੋਰ ਆ ਗਿਆ ਵੱਖੋ ਵੱਖਰੇ ਗੁਰੂ ਘਰਾਂ ਦੇ ਈਚ ਵਣ ਸਾਰੇ ਰਲ ਮਿਲ ਕੇ ਸਾਰੀਆਂ ਜਿੰਨੀਆਂ ਵੀ ਕਮੇਟੀਆਂ ਆ ਬੈਠ ਕੇ ਵਿਚਾਰ ਕਰਨ ਵੀ ਤੁਸੀਂ ਇਹ ਪ੍ਰੋਗਰਾਮ ਇਸ ਗੁਰੂ ਘਰੋਂ ਕਰੋਗੇ ਤੁਸੀਂ ਇਸ ਪਰ ਕਰੋਗੇ ਅਸੀਂ ਸਾਰੀ ਸੰਗਤ ਇਕੱਠੀ ਹੋਈਏ ਜੀ ਇਹ ਚਰ ਇਕੱਠੇ ਹੋਈਏ ਅਸੀਂ ਬਹੁਤ ਵਧੀਆ ਉਪਰਾਲੇ ਸ਼ੁਰੂ ਕੀਤੇ ਸੀ ਇੱਕ ਨਗਰ ਕੀਰਤਨ ਕਰਦੇ ਹੁੰਦੇ ਸੀ ਇੱਥੇ ਹੋਮ ਕਮਿਊਨਿਟੀ ਛੋਟੀ ਕਮਿਊਨਿਟੀ ਉਹਦੇ ਵਿੱਚ ਨਗਰ ਕੀਰਤਨ ਕਰਦੇ ਪਰ ਸਾਰੇ ਹੀ ਗੁਰੂ ਘਰ ਇਕੱਠੇ ਹੋ ਕੇ ਉੱਥੇ ਜਾਂਦੇ ਸੀ ਅੱਛਾ ਜੀ ਤੋਂ ਪਤਾ ਨਹੀਂ ਕਿ ਸਮਹ ਜੋ ਪਾਰਟੀ ਪਾਜੀ ਧੜੇ ਬਾਜੀ ਜਾਂ ਮੈਂ ਕਹਿੰਨਾ ਉਹ ਚ ਪੈਣਾ ਨਹੀਂ ਪਜਾਈਦਾ ਉਹਦੇ ਵਿੱਚੋਂ ਉਹ ਤੋਂ ਉੱਠ ਕੇ ਇੱਕ ਹੋਣਾ ਚਾਹੀਦਾ ਧੜੇ ਪਾਜੀ ਨੇ ਕਰਨ ਉਹ ਵੀ ਉਸ ਚੀਜ਼ ਦੀ ਭੇਡ ਚੜ ਗਿਆ ਉਹ ਵੀ ਜੋ ਬੰਦ ਹੋ ਗਿਆ ਤੇ ਆਈ ਹੋਪ ਆ ਵੀ ਸੰਗਤ ਫੇਰ ਜਲਦੀ ਬਹੁਤ ਜਲਦੀ ਫੇਰ ਸ਼ੁਰੂ ਕਰੂਗੀ ਪਰ ਸਾਡੀ ਕੋਸ਼ਿਸ਼ ਇਹ ਹੈ ਆ ਵੀ ਜਿੰਨਾ ਵੀ ਹੋ ਸਕੇ ਅਸੀਂ ਸੰਗਤ ਨੂੰ ਨੇੜੇ ਲਿਆਉਣ ਦੀ ਕੋਸ਼ਿਸ਼ ਕਰ ਰਹੇ ਆ ਜੋ ਵੀ ਕੁਝ ਹੋਇਆ ਜੇ ਅਸੀਂ ਵੀ ਆ ਜੇ ਅਸੀਂ ਸਭ ਮੁੱਕ ਸੇਵਾ ਦੇ ਵਿੱਚ ਗੁਜ਼ਰੇ ਆ ਤੇ ਸਾਤੋਂ ਵੀ ਬਹੁਤ ਜ਼ਿਆਦਾ ਗਲਤੀਆਂ ਹੋ ਗਈਆਂ ਹੋਣਗੀਆਂ ਪਤਾ ਨਹੀਂ ਉਸ ਟਾਈਮ ਕਰਦਾ ਕਿਉਂਕਿ ਜਦੋਂ ਤੁਸੀਂ ਕਿਸੇ ਵੀ ਸੰਜੀ ਸਾਥ ਦੇ ਵਿੱਚ ਵਿਚਰਦੇ ਆ ਤੁਹਾਨੂੰ ਇਹ ਨਹੀਂ ਪਤਾ ਜੇ ਤੁਸੀਂ ਤੁਸੀਂ ਕੋਈ ਕੰਮ ਇਹੋ ਜਿਹਾ ਕਰਦੇ ਵੀ ਸੰਗਤ ਦੇ ਭਲੇ ਲਈ ਆ ਜਾਂ ਜਾਂ ਕੁਝ ਵੀ ਇੱਕ ਬੰਦਾ ਹੋਰ ਪ੍ਰੋਗਰਾਮ ਚੀਜ਼ ਲੈ ਕੇ ਆ ਗਿਆ ਦੂਸਰਾ ਕੋਈ ਲੈ ਕੇ ਆ ਗਿਆ ਤੁਸੀਂ ਇੱਕ ਦੀ ਮੰਨ ਲਈ ਦੂਸਰੇ ਨਹੀਂ ਮੰਨੀ ਉਹਨੇ ਪੰਜ ਸੱਤ ਬੰਦੇ ਹੋਰ ਨਾਲ ਲਾ ਕੇ ਉਹਨਾਂ ਆਪਣਾ ਵੱਖਰਾ ਧੜਾ ਬਣਾ ਲੈਣਾ ਜੇ ਦੀ ਮੰਨ ਲਈ ਉਹਨ ਕਹਣਾ ਇਹ ਬੰਦਾ ਬਹੁਤ ਵਧੀਆ ਹੋ ਸਕਦਾ ਸਾਡੇ ਕੋਲ ਜੀ ਵੀ ਕਮੀਆਂ ਪੇਸ਼ੀਆਂ ਹੋਈਆਂ ਨਹੀਂ ਆਂ ਆਪਣੇ ਨੂੰ ਸੁਧਾਰ ਸੁਧਾਰਨ ਦੀ ਕੋਸ਼ਿਸ਼ ਕਰ ਰਹੇ ਆ ਸੁਧਾਰ ਵੀ ਰਹੇ ਆ ਪਰ ਇਹਨਾਂ ਚੀਜ਼ਾਂ ਤੋਂ ਉੱਪਰ ਉੱਠ ਕੇ ਆ ਸਾਨੂੰ ਏਕਤਾ ਇਕੱਠੇ ਹੋ ਗਏ ਕਿਉਂਕਿ ਸਭ ਤੋਂ ਪਹਿਲਾਂ ਅਸੀਂ ਜੇ ਸਿੱਖ ਹਾਂ ਸਿੱਖੀ ਦੀ ਗੱਲ ਕਰਨੀ ਆ ਇਕੱਠੇ ਹੋ ਕੇ ਕਰਾਂਗੇ ਅਸੀਂ ਜੇ ਆਪਣੀ ਆਵਾਜ਼ ਇੱਥੇ ਕਿਸੇ ਵੀ ਚੀਜ਼ ਪਹੁੰਚਾਉਣੀ ਆ ਜੇ ਸਾਡਾ ਕਾਠ ਹੀ ਨਹੀਂ ਅਸੀਂ ਵਕੂ ਵਕਤ ਧੜਿਆ ਜ ਵੰਡ ਹੋਏ ਆ ਬਟ ਕੋ ਅਗਰ ਗੁਰਪਾਣੀ ਵੰਡ ਹੋਏ ਅਸੀਂ ਆਪਣੀ ਆਵਾਜ਼ ਕਿੱਦਾਂ ਅੱਗੇ ਲੈ ਕੇ ਜਾਵਾਂ ਬਿਲਕੁਲ ਬਿਲਕੁਲ ਪਰਮਜੀਤ ਜੀ ਇੱਥੇ ਇਹ ਵੀ ਸਵਾਲ ਬਣਦਾ ਹੈ ਕਿ ਜੋ ਅਗਲੀ ਪੀੜ੍ਹੀ ਹੈ ਹੈਨਾ ਉਹਨਾਂ ਨੂੰ ਜਦੋਂ ਗੱਲ ਹੁੰਦੀ ਹੈ ਇਹ ਵੀ ਬਹੁਤ ਵੱਡਾ ਮੁੱਦਾ ਹੈ ਹਰੇਕ ਤੁਸੀਂ ਥਾਂ ਤੇ ਚੱਲ ਜਾਓ ਜੋ ਸਾਡੇ ਫਰਸਟ ਜਨਰੇਸ਼ਨ ਹੈ ਜਿਹਦਾ ਮਿਹਨਤੀ ਹੈ ਨਾ ਜੋ ਇੱਥੇ ਆਇਆ ਜਿਨ੍ਹਾਂ ਨੇ ਆਪਣੀ ਜਗ੍ਹਾ ਬਣਾਈ ਹੈ ਸਟੈਬਲਿਸ਼ ਹੈ ਬੱਚਿਆਂ ਲਈ ਇੱਕ ਲਾਈਫ ਕ੍ਰੀਏਟ ਕੀਤੀ ਹੈ ਨਾ ਉਹਨਾਂ ਨੂੰ ਇਹ ਹੁੰਦਾ ਹੈ ਕਿ ਬੱਚਿਆਂ ਨੂੰ ਆਪਾਂ ਲਾਈਫ ਤਾਂ ਦੇ ਦਿੱਤੀ ਲੇਕਿਨ ਉਹ ਸਾਡੇ ਕਲਚਰ ਸਾਡੇ ਗੁਰਦੁਆਰੇ ਦੇ ਵਿੱਚ ਕਿੱਦਾਂ ਉਹਨਾਂ ਨੂੰ ਆਪਾਂ ਲੈ ਕੇ ਆਈ ਤਾਂ ਕਿ ਉਹ ਵੀ ਉਸ ਤਰ੍ਹਾਂ ਜੁੜਨ ਜਿਸ ਤਰ੍ਹਾਂ ਸਾਡਾ ਲਗਾਅ ਹੈ ਹੈਨਾ ਤੇ ਬੱਚਿਆਂ ਨੂੰ ਗੁਰਦੁਆਰੇ ਵਾਲੇ ਪਾਸੇ ਲੈ ਕੇ ਆਉਣ ਲਈ ਤੁਹਾਨੂੰ ਲੱਗਦਾ ਹੈ ਕਿ ਉਹ ਇੱਕ ਨਵੀਂ ਵੇਵ ਲੈ ਕੇ ਆ ਸਕਦੇ ਆਂ ਅਗਰ ਉਹਨਾਂ ਨੂੰ ਉਹ ਜਗ੍ਹਾ ਦਿੱਤੀ ਜਾਏ ਬੱਚਿਆਂ ਨੂੰ ਜਿੰਨਾ ਚਿਰ ਅਸੀਂ ਸੇਵਾ ਦੇ ਵਿੱਚ ਰਹੇ ਆਂ ਇੱਕ ਪੰਜਾਬੀ ਕਲਾਸਾਂ ਲੱਗਦੀਆਂ ਪੰਜਾਬੀ ਅਸੀਂ ਬਹੁਤ ਵਧੀਆ ਕਿੰਨੇ ਵੀ ਇੰਡੀਆ ਤੋਂ ਪੁਰਾਣੇ ਟੀਚਰ ਜਾਂ ਕੁਝ ਵੀ ਆ ਜਿਹੜੇ ਸੂਝਵਾਨ ਪੰਜਾਬੀ ਪੜ੍ਹਾ ਦਿੰਦੇ ਉਹਨਾਂ ਲੰਦੇ ਜਿੰਨੇ 20 50 100 ਉਦੋਂ ਕਮਿਊਨਿਟੀ ਵੀ ਘੱਟ ਸੀ ਹੁਣ ਤਾਂ ਬਹੁਤ ਜ਼ਿਆਦਾ ਹੋ ਗਈ ਬੱਚਿਆਂ ਦੇ ਪੰਜਾਬੀ ਕਲਾਸਾਂ ਲਾਉਂਦੇ ਸੀ ਤੇ ਉਹਦੇ ਨਾਲ ਬਾਕੀ ਦੂਸਰਾ ਸੀ ਜਿਹੜੇ ਬੱਚੇ ਨਾਲ ਜੁੜੇ ਸੀ ਜਦੋਂ ਉਹ ਗੁਰਦੁਆਰੇ ਆਉਂਦੇ ਸੀ ਉਹਨਾਂ ਨੂੰ ਪ੍ਰੇਰਿਤ ਕਰੀਦਾ ਸੀ ਤੁਸੀਂ ਲੰਗਰ ਦੀ ਸੇਵਾ ਕਰੋ ਤੁਸੀਂ ਅੰਦਰ ਜਾ ਕੇ ਬੈਠੋ ਮੇਰਾ ਵੀ ਹੌਸਲੀ ਹੁੰਦਾ ਜੇ ਬਾਹਰ ਖੜਾ ਆ ਗਿਆ ਤੇ ਮੁੰਡੇ ਹੁਣ ਤਾਂ ਮੇਰੇ ਤੋਂ ਵੀ ਵੱਡੇ ਹੋ ਗਏ ਛੋਟੇ ਬੱਚੇ ਸੀ ਉਹਨਾਂ ਦਾ ਅੰਕਲ ਆ ਰਿਹਾ ਪਹਿਲਾਂ ਹੀ ਜਾ ਕੇ ਸੇਵਾ ਕਰਨੀ ਸ਼ੁਰੂ ਕਰ ਦਿੰਦੇ ਸੀ ਬੱਚੇ ਮਾਨ ਕਰਦੇ ਸੀ ਸਾਰਾ ਕੁਝ ਬੱਚਿਆਂ ਨੂੰ ਸਿੱਖੀ ਨਾਲ ਜੋੜਨਾ ਤਾਂ ਅਸੀਂ ਗੁਰੂ ਘਰਾਂ ਲਿਜਾ ਕੇ ਜੋੜਨਾ ਪਰ ਕਟੜਤਾ ਨਾਲ ਜੋੜ ਸਕਦੇ ਜਿਵੇਂ ਜਿਹੀਏ ਉਥੇ ਕਟੜਤਾ ਕਰ ਲਾਂਗੇ ਕਟੜਤਾ ਕਰਕੇ ਥੋੜਾ ਜਰ ਬੱਚੇ ਜਾਣਗੇ ਜਦੋਂ ਉਹ ਘਰ ਦਾ ਮਾਹੌਲ ਡਿਫਰੈਂਟ ਹੋ ਗਿਆ ਗੁਰਦੁਆਰੇ ਕਟੜਤਾ ਡਿਫਰੈਂਟ ਹੋ ਗਿਆ ਜੂ ਇੱਕ ਬੰਨ ਲੈ ਗਿਆ ਵੀ ਇੱਥੇ ਇਹ ਨਹੀਂ ਹੋ ਸਕਦਾ ਇਹ ਨਹੀਂ ਹੋ ਸਕਦਾ ਕਿ ਬਹੁਤਾ ਘੱਮ ਇਹੋ ਚੀਜ਼ ਹੋਈ ਆ ਤੋ ਗੁਰਦੁਆਰਿਆਂ ਦੇ ਵਿੱਚ ਹੁਣ ਇਹੋ ਜਿਹਾ ਕਲਾਸਾਂ ਲੱਗਦੀਆਂ ਤੋ ਇਹੀ ਮੀਟ ਨਹੀਂ ਖਾਣਾ ਆਂਡਾ ਨਹੀਂ ਖਾਣਾ ਸ਼ਰਾਬ ਨਹੀਂ ਪੀਣੀ ਉਹਨਾਂ ਦੇ ਪੇਰੈਂਟਸ ਨੂੰ ਨਹੀਂ ਸਦਾ ਸਜੋ ਪਿੰਦੇ ਖਾਂਦੇ ਵੀ ਹੋਣਗੇ ਉਹ ਘਰ ਆ ਕੇ ਬੱਚਿਆਂ ਨਾਲ ਆਪਸ ਵਿੱਚ ਟਕਰਾਅ ਹੋਣਾ ਸ਼ੁਰੂ ਹੋ ਗਿਆ ਉਹ ਇਹੀ ਤਾਂ ਗੱਲ ਮੈਂ ਇਹ ਬਹੁਤ ਵੱਡਾ ਤੁਸੀਂ ਪੁਆਇੰਟ ਇੱਥੇ ਬਣਾਇਆ ਬਿਕੋਜ਼ ਯੂ نو ਜੋ ਦੇ ਜਾਂ ਨੇਸ਼ਨ ਵਾਈਡ ਕੈਨੇਡਾ ਯੂਕੇ ਬ੍ਰਾਡ ਇੰਡੀਆ ਤੱਕ ਜੋ ਵੇਖ ਰਿਹਾ ਸਾਨੂੰ ਉਹਨਾਂ ਨੂੰ ਇਹ ਬੈਲੈਂਸ ਬਾਰੇ ਤੁਸੀਂ ਕੀ ਕਹਿ ਸਕਦੇ ਹੋ ਕਿ ਤੁਸੀਂ ਆਪਣੇ ਜੋ ਪੰਥ ਜੋ ਸਾਡੇ ਗੁਰੂਆਂ ਨੇ ਸਾਨੂੰ ਟੀਚਾ ਦਿੱਤਾ ਹੈ ਉਹਦੇ ਮੁਤਾਬਿਕ ਵੀ ਬੱਚਿਆਂ ਨੂੰ ਪਾਲਿਆ ਜਾਏ ਉਹਨਾਂ ਨੂੰ ਇੱਕ ਅਡਲਟ ਹੁੱਡ ਵਿੱਚ ਤੋਰਿਆ ਜਾਏ ਬਰਥ ਦ ਸੇਮ ਟਾਈਮ ਜਿਸ ਤਰ੍ਹਾਂ ਤੁਸੀਂ ਕਹਿ ਰਹੇ ਹੋ ਕਟੜਤਾ ਨਹੀਂ ਹੋਣੀ ਚਾਹੀਦੀ ਇਹਨੂੰ ਬੈਲੈਂਸ ਕਿੱਦਾਂ ਕੀਤਾ ਜਾ ਸਕਦਾ ਹੈ ਬੈਲੈਂਸ ਸਾਡੇ ਹੁਣ ਇਹ ਇਹੀ ਤਾਂ ਸਾਡੀ ਸੈਕ ਕਾਮੇਡੀ ਤਰਾਸਤੀ ਆ ਅਸੀਂ ਉੱਥੇ ਡਾਂਗ ਫੜ ਕੇ ਮੋਰੇ ਖੜੇ ਆ ਤੂੰ ਐ ਨਹੀਂ ਕਰ ਸਕਦਾ ਤੂੰ ਉਹਨੇ ਤੂੰ ਉਹਨੂੰ ਜਸਤ ਇੱਕ ਜਿਹੜਾ ਗੁਰਦੁਆਰਾ ਸਮਝ ਲਓ ਸਿੱਖੀ ਦਾ ਸਕੂਲ ਆ ਉਹਨੂੰ ਐਡਮਿਸ਼ਨ ਤਾਂ ਲੈਣ ਦਿਓ ਉਹਨੂੰ ਅੰਦਰ ਐਂਟਰ ਹੋਣ ਦਿਓ ਇਹ ਨਹੀਂ ਤੁਸੀਂ ਪਹਿਲਾਂ ਹੀ ਆ ਤੁਸੀਂ ਤੂੰ ਤੇਰਾ ਦਾੜੀ ਰੱਖੀ ਆ ਤੂੰ ਕੱਟੀ ਆ ਤੂੰ ਸ਼ੇਪ ਕੀਤੀ ਆ ਤੂੰ ਦਾੜੀ ਰੱਖ ਕੇ ਆਉਣੀ ਆ ਜਾਂ ਕੁਝ ਵੀ ਕਰਨਾ ਆ ਇੱਕ ਟੱੜ ਤਾਂ ਨਹੀਂ ਹੋਣੀ ਚਾਹੀਦੀ ਉਹ ਤੋਂ ਇੱਕ ਅੰਦਰ ਆਣ ਦਿਓ ਹੌਲੀ ਹੌਲੀ ਉਹ ਸਿੱਖੀ ਨਾਲ ਜੁੜੂਗਾ ਅਸੀਂ ਵੀ ਕਲੀਨ ਸ਼ੇਪ ਸੀ ਅਸੀਂ ਗੁਰੂਕਲ ਸੇਵਾ ਕਰਦੇ ਕਰਦੇ ਅਸੀਂ ਇਸ ਇਸ ਰੂਪ 'ਚ ਪਹੁੰਚੇ ਆ ਮੇਰੇ ਨਾਲ ਘੱਟੋ ਘੱਟ 50 ਬੰਦੇ ਆ ਜਿਹੜਾ ਨੇ ਅਮਰ ਸ਼ਾਹ ਕੇ ਗੁਰੂ ਵਾਲੇ ਬਣੇ ਸਭ ਕੋ ਇਕੱਠੇ ਹੋਏ ਆ ਉਹ ਉਹ ਜੁੜੇ ਸੀ ਗੁਰੂਤ ਲੰਗਰ ਦੇ ਵਿੱਚ ਸੇਵਾ ਕਰਦੇ ਸੀ ਲੰਗਰ ਤੋਂ ਸੇਵਾ ਕਰਦੇ ਕਰਦਾ ਉਹਨਾਂ ਜੋ ਕੁਝ ਵੀ ਆ ਉਹਦੇ ਨਾਲ ਜੁੜ ਕੇ ਹੋਏ ਆ ਜੇ ਤੁਸੀਂ ਪਹਿਲਾਂ ਕਹੇ ਤੂੰ ਨਹੀਂ ਇਹ ਨਹੀਂ ਕਰ ਸਕਦਾ ਤੂੰ ਇਹ ਨਹੀਂ ਕਰ ਸਕਦਾ ਪਰ ਉਹ ਇੱਕ ਮੈਂ ਪਹਿਲਾਂ ਹੀ ਕਹ ਰਿਹਾ ਵੀ ਇਹ ਸਕੂਲ ਆ ਉਹਨੂੰ ਵਿੱਚ ਉਹਦੇ ਵਿੱਚ ਉਹਨੂੰ ਐਡਮਿਸ਼ਨ ਲੈਣ ਦਿਓ ਉਹ ਹੌਲੀ ਹੌਲੀ ਗ੍ਰੈਜੂਏਟ ਹੋਊਗਾ ਤੁਸੀਂ ਪਹਿਲਾਂ ਨੇ ਕਹੋ ਗ੍ਰੈਜੂਏਟ ਹੋ ਕੇ ਅੰਦਰ ਆ ਇਹ ਨਹੀਂ ਹੁਣ ਜਾਈ ਜੀ ਬਿਲਕੁਲ ਬਿਲਕੁਲ ਪਰਮਜੀਤ ਸਿੰਘ ਸਿੱਧੂ ਜੀ ਸਾਡੇ ਨਾਲ ਜੁੜੇ ਹਨ ਸਾਡੀ ਟੀਮ ਪਹੁੰਚੀ ਹੈ ਇੰਡੀਆ ਨੈਪਲਿਸ ਦੇ ਵਿੱਚ ਜਿਸ ਨਾਲ ਤੁਹਾਨੂੰ ਦੱਸਿਆ ਕਿ ਜਸ ਕਰੂ ਦਾ 2021 ਰੋਡ ਟ੍ਰਿਪ ਅਫੀਸ਼ੀਅਲੀ ਕਿਕ-ਆਫ ਹੋ ਚੁੱਕਿਆ ਹੈ ਤੇ ਸਾਨੂੰ ਤਾਂ ਬਹੁਤ ਐਕਸਾਈਟਮੈਂਟ ਤੇ ਬਹੁਤ ਖੁਸ਼ੀ ਹੋ ਰਹੀ ਹੈ ਫਾਈਨਲੀ ਜਿਦਾ ਕਹਿੰਦੇ ਨਾ ਬੈਕ ਟੂ ਨੋਰਮਲ ਕੁਝ ਚੀਜ਼ਾਂ ਆ ਰਹੀਆਂ ਤੇ ਸਾਡੀ ਟੀਮ ਵੀ ਤੁਹਾਡੇ ਸ਼ਹਿਰ ਚ ਆ ਰਹੀ ਹੈ ਇਸੇ ਤਰ੍ਹਾਂ ਡਿਸਕਸ਼ਨ ਚੱਲਦੀ ਰਹੇਗੀ ਤੁਸੀਂ ਕਿਤੇ ਨਾ ਜਾ ਮਿਲਦੇ ਆ ਇੱਕ ਛੋਟੀ ਜਿਹੀ ਬ੍ਰੇਕ ਤੋਂ ਉਸ ਬਾਅਦ ਡਾਇਰੈਕਟ ਬਾਦਿਕ ਬਾਈ ਫਿਰਸਟ ਆਈ ਦਾ ਸਵਾਗਤ ਤੁਸੀਂ ਵੇਖ ਰਿਹਾ ਪ੍ਰੋਗਰਾਮ ਅੱਜ ਦਾ ਮੁੱਦਾ ਤੇ ਸਾਡੀ ਟੀਮ ਪਹੁੰਚੀ ਹੈ ਇੰਡੀਆਨਾਪੋਲਿਸ ਦੇ ਵਿੱਚ ਅਮ ਇੰਡੀਆਨਾ ਸਟੇਟ ਦੇ ਵਿੱਚ ਆਪਾਂ ਪਹੁੰਚੇ ਆ ਸਾਡਾ ਰੋਡ ਟ੍ਰਿਪ ਚੱਲ ਰਿਹਾ ਹੈ ਇੰਡੀਆਨਾ ohio ਕੰਟਕੀ ਇਲINOIS ਅਮ ਤੇ ਇੱਕ ਹੋਰ ਸਟੇਟ ਸੀਗੀ ਹੁਣ ਮੇਰੇ ਦਿਮਾਗ 'ਚ ਨਹੀਂ ਆ ਰਹੀ ਉੱਥੇ ਆਪਾਂ ਸਾਈ ਜਗ੍ਹਾ ਜਾ ਰਹੇ ਆ ਬਟ ਅੱਜ ਇੰਡੀਆਨਾਪੋਲਿਸ ਦੇ ਵਿੱਚ ਜਿੱਥੇ ਇੰਨੀ ਮੈਂ ਕਵਾਂਗੀ ਵੱਡੀ ਗਿਣਤੀ ਦੇ ਵਿੱਚ ਸਾਡੀ ਕਮਿਊਨਿਟੀ ਪਹੁੰਚ ਚੁੱਕੀ ਹੈ ਤੇ ਦਿੱਲੀ ਪਹੁੰਚ ਰਹੇ ਹੈ ਉੱਥੇ ਕੁਝ ਜੋ ਪੁਰਾਣੇ ਤੋਂ ਆ ਕੇ ਸੈਟਲ ਹੋਏ ਹੈ ਸਾਡੀ ਕਮਿਊਨਿਟੀ ਦੇ ਲੀਡਰਸ ਉਹਨਾਂ ਦੇ ਨਾਲ ਗੱਲ ਹੋ ਰਹੀ ਹੈ ਤੇ ਆਪਾਂ ਪਹੁੰਚੇ ਇੰਡੀਆ ਪੈਲੇਸ ਰੈਸਟੋਰੈਂਟ ਲਖੀਰ ਸਿੰਘ ਜੋਹਲ ਜੀ ਦੀ ਆਮ ਵੰਡਰਫੁਲ ਪਲੇਸ ਜਿੱਥੇ ਹਮੇਸ਼ਾ ਸਾਨੂੰ ਸਪੇਸ ਦਿੰਦੇ ਆ ਪਿਆਰ ਦਿੰਦੇ ਆ ਸਾਨੂੰ ਇੱਥੇ ਹੋਸਟ ਕਰਦੇ ਆ ਸੋ ਉਹਨਾਂ ਦਾ ਇੱਕ ਵਾਰੀ ਫਿਰ ਥੈਂਕ ਯੂ ਕਰਦੇ ਆ ਤੇ ਆਮ ਆ ਵਾਂਟ ਟੂ ਵੈਲਕਮ ਬੈਕ ਬਟਮਜੀਤ ਸਿੰਘ ਸਿੱਧੂ ਜੀ ਜਿਨ੍ਹਾਂ ਨੂੰ ਪਿਆਰ ਨਾਲ ਪ੍ਰਧਾਨ ਜੀ ਵੀ ਕਿਹਾ ਜਾਂਦਾ ਹੈ ਉਹ ਐਕਚੁਅਲੀ ਤੁਹਾਡਾ ਟਾਈਟਲ ਸੀਗਾ ਆਮ ਅੱਜ ਭਾਵੇਂ ਤੁਸੀਂ ਪ੍ਰਧਾਨ ਨਹੀਂ ਹੋ ਬਟ ਲੋਕੀ ਤੁਹਾਨੂੰ ਉਸ ਹੀ ਰਿਸਪ ਸੀ ਉਹਦੇ ਤੇ ਮੰਨਦੇ ਆ ਤੁਹਾਨੂੰ ਉਸ ਤਰ੍ਹਾਂ ਬੁਲਾਉਂਦੇ ਆ ਆ ਪਰਮਜੀਤ ਜੀ ਇਸ ਕਮਿਊਨਿਟੀ ਦੇ ਵਿੱਚ ਸਭ ਤੋਂ ਪਹਿਲਾਂ ਤਾਂ ਮੈਂ ਤੁਹਾਡੇ ਤੋਂ ਇਹ ਪੁੱਛਣਾ ਚਾਹਾਂਗੀ ਜਿਨ੍ਹਾਂ ਨੂੰ ਨਹੀਂ ਪਤਾ ਕਿ ਇੰਡੀਆਨ ਐਪਲਸ ਦੇ ਵਿੱਚ ਕਿਸ ਹੱਦ ਤੱਕ ਸਾਡੀ ਕਮਿਊਨਿਟੀ ਐਸਟੈਬਲਿਸ਼ਡ ਹੈ ਤੇ ਕਿਸ ਤਰ੍ਹਾਂ ਗਰੋ ਹੋ ਰਹੀ ਹੈ ਉਹਨਾਂ ਨੂੰ ਤੁਸੀਂ ਕੀ ਕਹਿ ਸਕਦੇ ਹੋ ਅੱਛਾ ਜੀ ਇੰਡੀਆਨ ਐਪਲਸ ਦੇ ਵਿੱਚ ਜਦੋਂ ਅਸੀਂ ਆਏ ਆ 2005-6 ਦੇ ਵਿੱਚ ਜ਼ਿਆਦਾ ਲੋਕ ਇੱਥੇ ਮੂਵ ਹੋਣੇ ਸ਼ੁਰੂ ਹੋਏ 4 ਤੋਂ ਲੈ ਕੇ ਉਸ ਟਾਈਮ ਕੋਈ 3 ਕ 1000 ਫੈਮਲੀ 4000 ਫੈਮਲੀ ਹੋਊਗੀ ਇਸ ਟਾਈਮ ਤੱਕ ఎవਰੀ ਡੇ 4 5 ਫੈਮਲੀਆਂ ਮੂਵ ਹੋ ਰਹੀ ਥੇ ਪਰ ਇਸ ਇਹ ਕਿਸ ਨਾ ਵੀ ਜੋ ਕਲੀਏ ਇੱਕ ਬਿਜ਼ਨਸ ਦਾ ਹੱਬ ਕਹ ਲਓ ਟਰਕਿੰਗ ਲਾਈਨ ਦਾ ਟਰੱਕ ਡਰਾਈਵਰ ਦੀ ਮਾਰ ਰਿਹਾ ਹੈ ਰੈਸਟੋਰੈਂਟ ਚਲ ਜੋ ਰੈਸਟੋਰੈਂਟ ਉਹਨੂੰ ਵਰਕਰ ਦੀ ਮਾਰ ਰਿਹਾ ਐ ਏਮਪਲਾਈ ਕਿਤੇ ਵੀ ਕੰਮ ਲਈ ਆ ਉੱਥੇ ਕੋਈ ਅਪਲਾਈ ਨਹੀਂ ਮਾਰਿਆ ਇਹ ਇੰਨਾ ਜ਼ਿਆਦਾ ਕੰਮ ਹੈ ਮੇਰਾ ਕਹ 35 36 ਰੈਸਟੋਰੈਂਟ ਇਸ ਟਾਈਮ ਚੱਲ ਰਿਹਾ ਸਭ ਭੋਕਰ ਸਰੀਆ ਤੇ ਘਰਾਨੀਆਂ ਪ੍ਰਾਈਸਾਂ ਜਿਹੜੀਆਂ ਆ ਇਸ ਟਾਈਮ ਜਿੰਨੇ ਨੂੰ ਘਰ ਸੇਲ ਤੇ ਲੱਗਦਾ ਉਸ ਤੋਂ ਉੱਪਰ ਆਪਰ ਜਾ ਕੇ ਵਿਕ ਰਹਾ ਹੈ ਉਹ ਇੰਨੀ ਪ੍ਰਾਈਸ ਉੱਪਰ ਜਾ ਰਹੀ ਹੈ ਸੇ ਤੇ ਸਭ ਤੋਂ ਵਧੀਆ ਅਪਰਟੀਉਨਿਟੀ ਆ ਜਿਹੜੇ ਬੰਦੇ ਮੂਵ ਹੋਣਾ ਵੀ ਚਾਹੁੰਦੇ ਆ ਜੇ ਨਿਊਯਾਰਕ ਤੋਂ ਬਾਹਰ ਨਿਕਲਣਾ ਚਾਹੁੰਦੇ ਆ ਕੈਲੀਫੋਰਨੀਆ ਬਾਹਰ ਨਿਕਲਣਾ ਚਾਹੁੰਦੇ ਉਹਨਾਂ ਵਾਸਤੇ ਬਹੁਤ ਵਧੀਆ ਹਮ ਬਿਜ਼ਨਸ ਕਾਰੋਬਾਰ ਲਈ ਜੋਬਾਂ ਇੰਨੀ ਅਵੇਲੇਬਿਲਟੀ ਆ ਵੀ ਤੁਸੀਂ ਸਿੱਖ ਤੋਂ ਜੋਬ ਛੱਡੋ ਦੂਸਰੀ ਮੂਰੇ ਅਵੇਲੇਬਲ ਖੜੀ ਆ ਹਰ ਤਾਂ ਹਾਇਰਿੰਗ ਦੇ ਸੈਨ ਲੱਗੇ ਆ ਜੀ ਤੇ ਬਹੁਤ ਵਧੀਆ ਰਿਸਪੌਂਸ ਆ ਤੇ ਮੇਰਾ ਖਿਆਲ ਵੀ ਇਸ ਟਾਈਮ ਤੇ 15 20000 ਫੈਮਿਲੀ ਤੋਂ ਉੱਪਰ ਟਪਕੀ ਹੋਣੀ ਹੈ ਇਸ ਜਗ੍ਹਾ ਤੇ ਇਸ ਟਾਈਮ ਇਹ ਤੋਂ ਵੀ ਜ਼ਿਆਦਾ ਆ ਜਨਾਬ ਮੂਵ ਆਊਟ ਹੋ ਰਿਹਾ ਹੈ ਆ ਪਰਮਜੀਤ ਸਿੰਘ ਜੀ ਆਫ ਕੋਰਸ ਕਾਸਕ ਕੇ ਸਾਡੀ ਸਾਊਥ ਏਸ਼ੀਅਨ ਕਮਿਊਨਿਟੀ ਦੇ ਵਿੱਚ ਇੱਕ ਚੀਜ਼ ਜੇ ਤੇ ਵੈਲਿਊ ਜ਼ਿਆਦਾ ਪਾਈ ਜਾਂਦੀ ਹੈ ਪ੍ਰਾਇੋਰਟੀ ਦੇ ਤੌਰ ਤੇ ਉਹਨੂੰ ਮੰਨਿਆ ਜਾਂਦਾ ਹੈ ਉਹ ਹੈਗੀ ਐਜੂਕੇਸ਼ਨ ਰਾਈਟ ਕਿ ਸਾਡੇ ਬੱਚਿਆਂ ਲਈ ਕਿਸ ਤਰ੍ਹਾਂ ਦੀ এডੂਕੇਸ਼ਨ ਉਹਨਾਂ ਨੂੰ ਮਿਲ ਰਹੀ ਹੈ ਰਾਈਟ ਆਮ ਉਹਨਾਂ ਨੂੰ ਜਦੋਂ ਆਪਾਂ ਸਕੂਲ ਵਿੱਚ ਪਾਉਂਦੇ ਆ ਆਫਕੋਰਸ ਅਗਰ ਤੁਸੀਂ ਨਿਊਯਾਰਕ ਕੈਲੀਫੋਰਨੀਆ ਦੀ ਗੱਲ ਕਰਦੇ ਹੋ ਬਿਕੋਜ਼ ਉੱਥੇ ਇੰਨੀ ਜ਼ਿਆਦਾ ਵੱਡੀ ਗਿਣਤੀ ਚ ਕਮਿਊਨਿਟੀ ਮੌਜੂਦ ਹੈ ਤੇ ਉੱਥੇ ਉਹਨਾਂ ਨੂੰ ਪਤਾ ਸਕੂਲ ਵਿੱਚ ਡਾਈਵਰਸਿਟੀ ਹੋ ਜਾਂਦੀ ਹੈ ਯਾ ਕਰਿਕਿਊਲਮ ਦੇ ਤਾਂ ਕੈਲੀਫੋਰਨੀਆ ਦੇ ਵਿੱਚ ਤਾਂ ਹੁਣ ਸਿੱਖ ਇਤਿਹਾਸ ਵੀ ਇਨਵੋਲ ਕੀਤਾ ਜਾ ਰਿਹਾ ਉੱਥੇ ਕਰਿਕਿਊਲਮ ਦੇ ਵਿੱਚ ਰਾਈਟ ਇੰਡੀਆਨਾ ਯਾ ਅਗਰ ਆਪਾਂ ਇੰਡੀਆਨਾਪੋਲਿਸ ਦੀ ਗੱਲ ਕਰਦੇ ਆ ਇੱਥੇ ਦਾ ਸਕੂਲ ਸਿਸਟਮ ਆਮ ਕਿੰਨਾ ਕੁ ਫੇਵਰੇਬਲ ਹੈ ਸਾਡੇ ਬੱਚਿਆਂ ਸਕੂਲ ਸਿਸਟਮ ਤਾਂ ਬਹੁਤ ਵਧੀਆ ਬਹੁਤ ਜ਼ਿਆਦਾ ਵਧੀਆ ਸਕੂਲ ਸਿਸਟਮ ਆ ਜੇ ਤੁਸੀਂ ਸਿੱਖ ਹਸਿੰਦ ਦੀ ਗੱਲ ਕਰੀਏ ਇੱਥੇ ਵੀ ਮੇਰਾ ਖਿਆਲ ਆ ਵੀ ਇੱਥੇ ਲਾਗੂ ਕਰਾਈ ਆ 7 ਗ੍ਰੇਡ ਦੇ ਵਿੱਚ ਤੁਹਾਨੂੰ ਸਿੱਖ ਹਸਤੀ ਬਾਰੇ ਜੀ ਜਾਣੂ ਕਰਾਇਆ ਜਾਂਦਾ ਉੱਥੇ ਪੜ੍ਹਾਈ ਉਹ ਵੀ ਹੋ ਰਹੀ ਆ ਸਕੂਲ ਟੌਪ ਤੇ ਸਕੂਲ ਹਾਈ ਗ੍ਰੇਡ ਤੇ ਸਕੂਲ ਬਹੁਤ ਰੀ ਆਇਆ ਬੱਚੇ ਜਿਹੜੇ ਬੱਚੇ ਨੇ ਪੜ੍ਹਨਾ ਜਿੱਥੇ ਵੀ ਮਰਜ਼ੀ ਹੋਵੇ ਉੱਥੇ ਉਹ ਪੜ੍ਹਨਾ ਇੱਥੇ ਹੁਣ ਸਾਡੇ ਬੱਚੇ ਪੜ ਡਾਕਟਰ ਇੰਜੀਨੀਅਰ ਬਣ ਰਹੇ ਆ ਇੱਕ ਮੁੰਡਾ ਮੇਰਾ ਕੋ ਪੰਜਾਬੀ ਪਹਿਲਾ ਮੁੰਡਾ ਆ ਜਿਹੜਾ ਇੱਥੇ ਸੀਪੀਏ ਬਣਿਆ ਉਹਨਾਂ ਜੀ 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 ਸੀਪੀਏ ਬਣ ਕੇ ਵੀ ਆਪਣਾ ਔਨ ਆਫਸ ਖੋਲ੍ਹਿਆ ਉਹ ਸਕਸੈਸਫੁਲ ਚੱਲ ਰਿਹਾ ਆ ਕੋਈ ਵੀ ਕਿਸੇ ਵੀ ਤਰ੍ਹਾਂ ਦੀ ਘਾਟ ਨਹੀਂ ਜਿਹੜੇ ਬੱਚੇ ਨੇ ਪੜ੍ਹਨਾ ਉਹਨਾਂ ਸਕੂਲਾਂ 'ਚ ਪੜ ਜਾਣਾ ਆ ਜੇ ਕਹੀਏ ਵੀ ਅਸੀਂ ਪ੍ਰਾਈਵੇਟ ਸਕੂਲਾਂ 'ਚ ਪੜਾ ਕੇ ਬ pero sí. nada. ਬਹੁਤ ਵਧੀਆ ਹੈ ਜਿਹੜੇ ਬੱਚੇ ਆ ਹੁਣ ਨਵੇਂ ਜਿਹੜੇ ਜਨਰੇਸ਼ਨ ਗਰੋ ਹੋ ਰਹੀ ਚਲੋ ਅਸੀਂ ਜਿੰਨੇ ਅਸੀਂ ਟਰੱਕਾਂ ਵਾਲੇ ਸੀ ਜਾਂ ਆਈ ਇੰਡੀਆ ਤੋਂ ਉੱਠ ਕੇ ਆਏ ਸੀ ਸਾਡੀ ਐਜੂਕੇਸ਼ਨ ਉਨੀ ਹੀ ਸੀ ਪਰ ਹੁਣ ਜਿੰਨੇ ਨਵੇਂ ਗਾਂ ਨਵੀਂ ਜਨਰੇਸ਼ਨ ਆ ਸਭ ਵਧੀਆ ਜੋਬਾਂ ਦੇ ਕੋ ਡਾਕਟਰ ਕੋ ਇੰਜੀਨੀਅਰ ਕੋ ਸੀਪੀਏ ਸਾਰੇ ਨੰਬਰ ਆ ਰਿਹਾ ਜੀ ਐਂਡ ਆਫ ਕੋਰਸ ਜਦ ਇਹ ਸਕੂਲ ਦੀ ਗੱਲ ਆਂਦੀ ਹੈ ਜਾਂ ਨੈਕਸਟ ਜਨਰੇਸ਼ਨ ਦੀ ਗੱਲ ਆਂਦੀ ਹੈ ਉੱਥੇ ਖਾਸ ਕਰਕੇ ਸਾਡੀ ਕਮਿਊਨਿਟੀ ਵਿੱਚ ਯੂ نو სპੋਰਟਸ ਇੱਕ ਬਹੁਤ ਹੀ ਵੈਲਿਊਏਬਲ ਚੀਜ਼ ਹੈਗੀ ਉਹਨਾਂ ਨੂੰ ਸਹੀ ਪਾਸੇ ਇੰਗੇਜ ਰੱਖਣਾ ਐਕਟਿਵ ਰੱਖਣਾ ਤੇ ਤੁਹਾਡੀ ਕਾਫੀ ਇਨਵੋਲਵ ਮਿੰਟਰੀ ਐਸਪੋਰਟਸ ਦੇ ਵਿੱਚ ਖੇਡਾਂ ਦੇ ਵਿੱਚ ਪਹਿਲੇ ਤਾਂ ਸਾਨੂੰ ਦੱਸੋ ਕਿ ਕਿਸ ਤਰ੍ਹਾਂ ਤੁਸੀਂ ਪੁਰਾਣੇ ਸਮੇਂ ਤੋਂ ਖੇਡਾਂ ਨੂੰ ਪ੍ਰਮੋਟ ਕਰ ਰਹੇ ਹੋ ਖਾਸ ਕਰਕੇ ਸਾਡੀ ਸਿੱਖ ਕਮਿਊਨਿਟੀ ਦੇ ਵਿੱਚ ਇੱਥੇ ਅਸੀਂ ਜਦੋਂ ਇੱਥੇ 2006 ਦੇ ਵਿੱਚ ਆਏ ਆ ਤੇ ਪਹਿਲਾ ਪ੍ਰੋਗਰਾਮ ਸਾਡਾ ਇੱਥੇ ਕਲਚਰਲ ਪ੍ਰੋਗਰਾਮ ਸੀ ਕਰਾਇਆ ਪਹਿਲਾ ਸਭ ਤੋਂ ਪਹਿਲਾਂ ਵੀ ਹੁੰਦੇ ਸੀਗੇ ਪਰ ਉਸ ਟਾਈਮ ਵਈ ਵਿਸਾਖੀ ਮੇਲਾ ਓਪਨਲੀ ਕੀਤਾ ਸੀਗਾ ਤੇ ਉਸ ਟਾਈਮ ਲਖਵੀਰ ਜੋਲ ਪਹਿਲਾ ਸ਼ੋਅ ਲੈ ਕੇ ਲਖਵੀਰ ਜੋਲ ਇੱਥੇ ਆਇਆ ਸੀ ਨਾਲ ਸਭ ਤੋਂ ਪਹਿਲਾਂ ਸਾਡੇ ਯਾਰ ਦੋਸਤ ਬਹੁਤ ਵਧੀਆ ਪ੍ਰਾਣ ਮਿੱਤਰ ਰਵਿੰਦਰ ਰਿਆੜ ਜੀ ਨਹੀਂ ਰਹਿ ਉਹ ਫਸਟ ਟਾਈਮ ਉਸ ਟਾਈਮ ਸਟੇਜ ਹੋਸਟ ਕਰ ਰਿਹਾ ਸੀ ਤੇ ਉਸ ਟਾਈਮ ਅਸੀਂ ਉਹਨਾਂ ਮਿਲੇ ਆ ਤੇ ਉਸ ਤੋਂ ਅਸੀਂ ਤਿੰਨ ਚਾਰ ਵਿਸਾਖੀ ਮੇਲੇ ਜਾਂ ਕਲਚਰ ਪ੍ਰੋਗਰਾਮ ਕਰਾਏ ਆ ਉਸ ਤੋਂ ਬਾਅਦ ਬੰਦਿਆਂ ਨੇ ਬੈਠੇ ਗੱਲ ਕੀਤੀ ਵੀ ਆਪਾਂ ਸਪੋਰਟਸ ਨੂੰ ਬੱਚਿਆਂ ਨੂੰ ਸਪੋਰਟਸ ਨਾਲ ਲਾਈਏ ਫਿਰ ਇੱਕ ਸਾਡਾ ਮੀਰੀਪਰੀ ਸਪੋਰਟਸ ਕਲੱਬ ਸੀ ਉਹਦੇ ਵਿੱਚ ਮੈਂ ਵਾਈਸ ਪ੍ਰੈਜ਼ੀਡੈਂਟ ਵੀ ਚੇਅਰਮੈਨ ਤਾਂ ਵੀ ਰਿਹਾ ਆ ਤੇ ਅਸੀਂ ਟੂਰਨਾਮੈਂਟ ਵੜੇ ਹਾਈ ਲੈਵਲ ਦੇ ਕਰਾਏ ਵਧੀਆ ਟੂਰਨਾਮੈਂਟ ਕਰਾਏ ਉਸ ਤੋਂ ਬਾਅਦ ਸੌਕਰ ਦੇ ਹੋ ਰਹੇ ਆ ਐਵਰੀ ਈਅਰ ਹੋ ਰਹੇ ਆ ਹੁਣ ਵੀ ਕਰਾ ਰਹੇ ਆ ਆਸਾਲ ਜਿਹੜਾ ਪਿਛਲਾ ਸਾਲ ਲੰਘਿਆ ਆ ਉਹ ਕੋਰੋਨਾ ਦਾ ਕਰਕੇ ਉਹ ਨਹੀਂ ਹੋ ਸਕਿਆ ਪਰ ਹੁਣ ਵੀ ਬਹੁਤ ਜਿਆਦਾ ਕੱਲ ਆ ਰਹੀਆਂ ਨੇ ਪ੍ਰਧਾਨ ਜੀ ਵੀ ਦੂਸਰਾ ਆਪਾਂ ਹੁਣ ਕਰੀਏ ਕੁਛ ਨਾ ਕੁਛ ਸੋਕਰ ਦਾ ਜਾਂ ਜੋ ਵੀ ਆ ਕਬੱਡੀ ਦੇ ਟੂਰਨਾਮੈਂਟ ਕਰੀਏ ਕਲਚਰ ਪ੍ਰੋਗਰਾਮ ਕਰੀਏ ਹੁਣ ਜਿੱਦਾਂ ਜਿੱਦਾਂ ਸਮਰ ਸ਼ੁਰੂ ਹੋ ਗਿਆ ਤੇ ਅਸੀਂ ਚਾਹੁੰਦੇ ਆ ਵੀ ਕੋਈ ਕੋਈ ਇਹੋ ਜਿਹਾ ਪ੍ਰੋਗਰਾਮ ਕਰੀਏ ਵੀ ਜਿਹਦੇ ਵਿੱਚ ਸਾਡੀਆਂ ਮਾਤਾਵਾਂ ਭੈਣਾਂ ਸਾਰੇ ਹੀ ਹਿੱਸਾ ਲੈਣ ਕੋਈ ਕਲਚਰ ਪ੍ਰੋਗਰਾਮ ਇਹੋ ਜਿਹਾ ਵੀ ਜਿੱਦਾਂ ਓਪਨਲੀ ਕੋਈ ਮੇਲੇ ਟਾਈਮ ਮੇਲਾ ਲਾਈਏ ਬਾਕੀ ਜਿਹੜੇ ਬੱਚੇ ਆ ਉਹਨਾਂ ਨੂੰ ਸਪੋਰਟਸ ਦਾ ਛੋਟੇ ਬੱਚਿਆਂ ਨੂੰ ਤਿਆਰ ਕਰੀਏ ਛੋਟੀਆਂ ਗੇਮਾਂ ਤੋਂ ਨਾਲ ਤਿਆਰ ਕਰਕੇ ਸਪੋਰਟਸ ਨਾਲ ਜੋੜੀਏ ਬਿਲਕੁਲ ਕੋਈ ਪਲਾਨ ਇਸ ਸਾਲ ਕੁਝ ਇਹੋ ਜੀ ਚੀਜ਼ ਨੂੰ ਕਰਨ ਦਾ ਜਾਂ ਲੱਗਦਾ ਕਿ ਮਤਲਬ ਹੁਣ ਇਸ ਸਾਲ ਤਾਂ ਵੇਟ ਹੋ ਕੇ ਅਗਲੇ ਸਾਲ ਹੀ ਕੁਝ ਹੋਏਗਾ ਨੇ ਇਸ ਹਾਲ ਤਾਂ ਇਹ ਸਟਾਰਟਿੰਗ ਹੈ ਨਾ ਜਿੰਨੇ ਵੀ ਇਵੈਂਟ ਹੁੰਦੇ ਆ ਸਾਰੇ ਉਹ ਸਮਰ ਦੇ ਵਿੱਚ ਹੁੰਦੇ ਆ ਇਹ ਤਾਂ ਅਪ੍ਰੈਲ ਸ਼ੁਰੂ ਹੋਇਆ ਅਪ੍ਰੈਲ ਚ ਸਾਡੀਆਂ ਮੀਟਿੰਗਾਂ ਸ਼ੁਰੂ ਆਈ ਤਾਂ ਸਿਰਫ ਹੁਣ ਵੈਕਸੀਨ ਹੋ ਰਹੀ ਆ ਸਾਰਿਆਂ ਨੂੰ ਤੇ ਉਹ ਓਪਨ ਤੋਂ ਬਾਹਰ ਮੀਟਿੰਗਾਂ ਸ਼ੁਰੂ ਹੋ ਜਾਣੀਆਂ ਸਾਡੀਆਂ ਤੇ ਹੋਪਫਲੀ ਬਹੁਤ ਜਲਦੀ ਕੋਈ ਨਾ ਕੋਈ ਵੱਡਾ ਇਵੈਂਟ ਹੋਊਗਾ ਜਾਂ ਕਬੱਡੀ ਟੂਰਨਾਮੈਂਟ ਸੌਕਰ ਦਾ ਤੇ ਇਹੋ ਜਿਹਾ ਕੋਈ ਵੀ ਬਹੁਤ ਵੱਡਾ ਇਵੈਂਟ ਬਹੁਤ ਜਲਦੀ ਹੋਊਗਾ ਗੁੱਡ 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 ਸੋ ਇਹਦੀ ਵੀ ਮਤਲਬ ਆਮ ਆਪਾਂ ਜ਼ਰੂਰ ਤੁਹਾਡੇ ਨਾਲ ਫਾਲੋ ਅਪ ਕਰਾਂਗੇ ਕਿ ਕੁਝ ਹੋ ਰਿਹਾ ਹੈ ਤੇ ਦਰਸ਼ਕਾਂ ਨੂੰ ਵੀ ਦੱਸਾਂਗੇ ਕਿ ਇੰਡੀਆਨ ਐਪਲਿਸ ਵਿੱਚ ਕੀ ਕੁਝ ਕਲਚਰਲ ਜਾਂ ਖੇਡ ਮੇਲੇ ਆਉਣ ਵਾਲੇ ਸਮੇਂ ਦੇ ਵਿੱਚ ਇੱਥੇ ਦੀ ਕਮਿਊਨਿਟੀ ਐਕਸਪੈਕਟ ਕਰ ਸਕਦੀ ਹੈ ਆਮ ਪਰਮਜੀਤ ਸਿੰਘ ਜੀ ਆਫ ਕਰਸ ਯੂ نو ਜੀਤਾ ਕਰਦਾ ਕਿ ਤੁਹਾਡੇ ਨਾਲ ਬਹੁਤ ajari ਗੱਲਾਂ ਹੈਗੀਆਂ ਜੋ ਕਰਨਾ ਚਾਹੁੰਦੀਆਂ ਬਟ ਅੱਜ ਦੀ ਡੇਟ ਦੇ ਵਿੱਚ ਹਰ ਇੱਕ ਸਿੱਖ ਹਰ ਇੱਕ ਪੰਜਾਬੀ ਲਈ ਪਾਵੇਂ ਉਹ ਇੰਡੀਆ ਪੰਜਾਬ ਦੇ ਵਿੱਚ ਹਨ ਜਾਂ ਬਰੌਡ ਬੈਠੇ ਹੈ ਜਿਸ ਤਰ੍ਹਾਂ ਸਾਨੂੰ ਵਾਹਿਗੁਰੂ ਦੀ ਮੇਰ ਇੱਥੇ ਲੈ ਕੇ ਆਈ ਹੈ ਉਹਨਾਂ ਦੇ ਦਿਮਾਗ ਤੇ ਉਹਨਾਂ ਦੇ ਦਿਲ ਦੇ ਵਿੱਚ ਇੱਕ ਸਾਨ ਮੁੱਦਾ ਮੈਂ ਕਹਿੰਦੀ ਆ ਸਭ ਤੋਂ ਟਾਪ ਆਫ ਮਾਈਂਡ ਹੈਗਾ ਰਾਈਟ ਸੋ ਅਨਫੋਰਚਨਟਲੀ ਕੋਈ ਇਸ ਵਿਲੇ ਡਵੈਲਪਮੈਂਟ ਤਾਂ ਨਹੀਂ ਵੱਡੀ ਹੋ ਰਹੀ ਬਟ ਹਰ ਇੱਕ ਬੰਦਾ ਸੋਚ ਰਿਹਾ ਕਿ ਕਿਸ ਤਰ੍ਹਾਂ ਅੱਗੇ ਵਧੂਗੀ ਤੁਸੀਂ ਆਪ ਮੈਨੂੰ ਦੱਸ ਰਹੇ ਸੀ ਕਿ ਤੁਸੀਂ ਕਿੰਨੇ ਸਾਲਾਂ ਖੁਦ ਕਿਸਾਨੀ ਕੀਤੀ ਹੈ ਨਾ ਤੁਹਾਡੀ ਜ਼ਮੀਨ ਵੀ ਉੱਥੇ ਹੈਗੀ ਕੀ ਫਿਊਚਰ ਹੈ ਕਿਸਾਨੀ ਦਾ ਇੰਡੀਆ ਦੇ ਵਿੱਚ ਕੋਈ ਫਿਊਚਰ ਨਹੀਂ ਇਸ ਟਾਈਮ ਰਹਿ ਗਿਆ ਫਿਊਚਰ ਤੋਂ ਉਸ ਟਾਈਮ ਵੀ ਹੈ ਨਹੀਂ ਸੀ ਇਸ ਟੈਮਸੀ ਕਰਦੇ ਸੀ ਪਰ ਉਸ ਟਾਈਮ ਫਿਰ ਵੀ ਮੰਡੀ ਕਰਨ ਸੀ ਸਹੀ ਸੀ ਕੁਝ ਵੀ ਸੀ ਇਸ ਟਾਈਮ ਜੇ ਮੰਡੀ ਖਤਮ ਕਰ ਖਤਮ ਹੋ ਗਿਆ ਨਾ ਮੈਂ ਖੁਦ ਮੈਨੂੰ ਪਤਾ ਆ ਸਾਡਾ ਆਰਤੀ ਦਾ ਕੀ ਹਿਸਾਬ ਪਤਾ ਹੁੰਦਾ ਸੀ ਜਾਣਾ ਉਹਨਾਂ ਇੱਕ ਪਰਚੀ ਲਿਖਣੇ ਤੇ ਫੜਾਉਣੇ ਉਥੋਂ ਤੇ ਡਰਮ ਤੇਲ ਦਾ ਭਰਾ ਕੇ ਘਰ ਨੂੰ ਆਉਣਾ ਖਾਦ ਦੀ ਪਰਚੀ ਲਿਖ ਦੇਣੀ ਉਥੋਂ ਪਰਚੀ ਲਈ ਖਾਦ ਲਈ ਚੱਕੀ ਕਰਨੂਗਾ ਉਹ ਇੱਕ ਕੰਦੀ ਏਟੀਐਮ ਸੀ ਕਿਸਾਨ ਦੀ ਆਰਤੀ ਆ ਵੀ ਜੇ ਆਰਤੀ ਆ ਮੰਡੀ ਖਤਮ ਹੋ ਗਈ ਤੋ ਸਭ ਕੁਝ ਖਤਮ ਹੈ ਉੱਥੇ ਕੁਝ ਨਹੀਂ ਬਜਣਾ ਤੇ ਮੈਨੂੰ ਲੱਗਦਾ ਨਹੀਂ ਵੀ ਜੋ ਜਿਹੜੀਆਂ ਬਾਹਰਲੇ ਸਟੇਟਾਂ ਦਾ ਹਾਲ ਹੈ ਉਹ ਹੀ ਇੰਡੀਅਨ ਗਵਰਨਮੈਂਟ ਪੰਜਾਬ ਦਾ ਕਰਨਾ ਚਾਹੁੰਦੀ ਆ ਕਿਉਂਕਿ ਉੱਥੇ ਜੋ ਕੁਝ ਕਰਾਣੇ ਜਿਹੜੇ ਜੋ ਕਰਾਣੇ ਆ ਉਹਨਾਂ ਨੂੰ ਹੀ ਬੜਾਵਾ ਦਿੱਤਾ ਜਾਵੇ ਉਹ ਉੱਪਰਲੇ ਲੈਵਲ ਤੇ ਆਪਣਾ ਕੰਮ ਕਰਨਗੇ ਥੱਲੇ ਜੋ ਦੂਸਰੀਆਂ ਸਟੇਟਾਂ ਦਾ ਹਾਲਾਤ ਉਹ ਹੀ ਪੰਜਾਬ ਦਾ ਹਾਲਾਤ ਹੋਣਾ ਤੇ ਤੁਹਾਡੇ ਖਿਆਲ ਚ ਹੁਣ ਕਿਸਾਨ ਨੂੰ ਕੀ ਕਰਨਾ ਚਾਹੀਦਾ ਪੰਜਾਬ ਦੇ ਵਿੱਚ ਜੋ ਕਰ ਰਿਹਾ ਹੈ ਉਹੀ ਕਰੀ ਜਾਣਾ ਜਾਂ ਹੋਰ ਕੋਈ ਤੁਹਾਡੇ ਮਨਚ ਕੋਈ ਜ਼ੈਨ ਚ ਕੋਈ ਤੁਹਾਨੂੰ ਲੱਗਦਾ ਕੋਈ ਹੋਰ ਡਾਇਰੈਕਸ਼ਨ ਲੈਣੀ ਚਾਹੀਦੀ ਹੈ ਇਹਨਾਂ ਨੂੰ ਕਿਸਾਨ ਦੇ ਕੋਈ 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 ਟ੍ਰੈਕਸ਼ਨ ਨਹੀਂ ਆਈ ਜੇ ਬੱਚੇ ਪੜ੍ਹੇ ਲਿਖੇ ਬੈਠੇ ਉਹਨਾਂ ਨੂੰ ਜੋਬਾਂ ਹੈ ਨਹੀਂ ਕੋਈ ਵਿੱਚ ਕੋਈ ਟ੍ਰੈਕਸ਼ਨ ਨਹੀਂ ਉਹਨਾਂ ਕੋ ਖੇਤੀ ਦਾ ਸੀਗਾ ਖੇਤੀ ਦਾ ਵੀ ਖੋਲਿਆ ਤੇ ਉਹਨਾਂ ਦੇ ਕੋਲ ਕੁਝ ਨਹੀਂਗਾ ਕਿਉਂਕਿ ਜਿੰਨੇ ਵੀ ਬੱਚੇ ਧੜਾ ਧੜ ਹੁਣ ਜੋ ਆ ਕੋਈ ਹਾਈਲਾਈਟ ਕਰਕੇ ਜਾਂ ਕੁਝ ਵੀ ਆ ਜੋ ਪੰਜਾਬ ਚੋਂ ਪੰਜਾਬ ਦੀ ਜਵਾਨੀ ਦਸਾਰੀ ਕੋ ਕੈਨੇਡਾ ਆ ਗਈ ਕੋ ਅਮਰੀਕਾ ਆ ਗਈ ਬਾਹਰ ਆ ਗਈ ਆ ਉੱਥੇ ਜਵਾਨੀ ਰਹੀ ਨਹੀਂ ਪੰਜਾਬ ਦੀ ਜੇ ਉੱਥੇ ਕੋਈ ਆਲਟੇਨੇਟਰ ਜੋਬਾਂ ਹੋਣ ਤੋ ਉਥੋਂ ਆਪਣਾ ਮੱਚਾ ਪੜ ਲੈ ਕੇ ਕਿਉਂ ਬਾਹਰ ਨੂੰ ਭੱਜੇ ਇਹ ਇਹ ਉਹਨਾਂ ਨੇ ਗਵਰਨਮੈਂਟ ਦੀਆਂ ਨਾਕਾਮੀਆਂ ਆ ਜੋ ਜੋ ਪਾਣੀ ਦੇ ਸਕਦੇ ਕੁਝ ਨਹੀਂ ਕਰ ਸਕਦੇ ਤੇ ਕਿਸਾਨਾਂ ਨੂੰ ਤਾਂ ਹੁਣ ਇੱਕ ਜੁੱਟਤਾ ਹਜੇ ਵੀ ਹੋਣੀ ਚਾਹੀਦੀ ਹੈ ਜੇ ਜੇ ਮਾੜਾ ਮੋਟਾ ਮਨਲਾਬ ਹੈਗਾ ਇੱਕ ਜੁੱਟਤਾ ਹੋ ਕੇ ਇਹ ਮੁੱਦੇ ਕੈਨਸਲ ਜਿਹੜੇ ਉਹਨਾਂ ਨੇ ਉਹ ਜੋ ਕਾਲੇ ਕਾਨੂੰਨ ਤੈਨ ਹੈ ਉਹਨਾਂ ਨੂੰ ਜਿੰਨਾ ਚਿਰ ਕੈਨਸਲ ਨਹੀਂ ਹੁੰਦਾ ਜੋ ਨਹੀਂ ਹੁੰਦੇ ਤੇ ਇੱਕ ਜੇ ਜੇ ਉਹ ਲੱਗ ਲਾਗੂ ਹੋ ਗਿਆ ਤੇ ਕਿਸਾਨੀ ਬਿਲਕੁਲ ਗਈ ਹੈ ਯਾ ਭਈ ਅਮੀਨੇਤਾ ਚੀਜ਼ ਆਈ ਥਿੰਕ ਕਮ ਜੋ ਮੈਂ ਦੇਖਿਆ ਇਹ ਤਾਂ ਉੱਥੇ ਬੱਚਾ ਬੱਚਾ ਜਾਣਦਾ ਕਿ ਕਾਨੂੰਨ ਕਿੰਨੇ ਮਾੜੇ ਹੈਗੇ ਉਹਨਾਂ ਦੇ ਫਿਊਚਰ ਲਈ ਲਾਈਵ ਲੀਹੂਡਸ ਲਈ ਰਾਈਟ ਬਟ ਦੇਖਦੇ ਆ ਕਿ ਕਿਸ ਤਰ੍ਹਾਂ ਇਹ ਚੀਜ਼ ਅੱਗੇ ਡਿਵੈਲਪ ਹੁੰਦੀ ਹੈ ਪਰਮਜੀਤ ਸਿੰਘ ਸਿੱਧੂ ਜੀ ਥੈਂਕ ਯੂ ਸੋ ਮੱਚ ਪ੍ਰਧਾਨ ਜੀ ਵੀ ਤੁਹਾਨੂੰ ਕਿਹਾ ਜਾਂਦਾ ਆ ਤੁਸੀਂ ਜਾਂਦੇ ਨੇ ਸਾਡੇ ਦਰਸ਼ਕਾਂ ਲਈ ਕੋਈ ਕਲੋਜ਼ਿੰਗ ਵਰਡਸ ਕਹਿਣਾ ਚਾਹੋਗੇ ਕਲੋਜ਼ਿੰਗ ਬਸ ਸਾਰੇ ਤੇ ਸਿਸਾਬ ਇੱਕੋ ਗੱਲ ਕਹਿੰਦੇ ਸੀ ਜਵਾਨੀ ਜਿੰਦਾਬਾਦ ਖੁਸ਼ ਰਹੋ ਖੁਸ਼ ਰੱਖੋ ਆਸ-ਪਾਸ ਆਪਣਾ ਖੁਸ਼ੀ ਖੁਸ਼ਾਲ ਜਿਓ ਵਾਕਿਆ ਨੂੰ ਦੇਖ ਕੇ ਨਾਲ ਜੋੜੋ ਪਿਆਰ ਮਹਾਂਪਤਾਂ ਦਾ ਜਵਾਨੀ ਜਿੰਦਾਬਾਦ ਜਵਾਨੀ ਜਿੰਦਾਬਾਦ ਵਾਈਜ਼ ਵਰਡਸ ਫ্রম ਪ੍ਰੋਫੈਸਰ ਨਿੰਜਨ ਸਿੰਘ ਤੈਸੀ ਅਮ ਜਨਦਨ ਅਲੀਥੇ ਯਪਾ ਕੁਛ ਸਮੇਂ ਪਹਿਲੇ ਜੁੜੇ ਸੀ ਅਮ ਮਨ ਭਾਰੀ ਜਾ ਹੋ ਰਿਹਾ ਸੋਚ ਕੇ ਬਟ ਐਨੀਵੇਜ਼ ਪ੍ਰੋਗਰਾਮ ਇਸੇ ਤਰ੍ਹਾਂ ਚੱਲ ਰਹੀ ਹੈ ਤੁਸੀਂ ਕਿਤੇ ਨਾ ਜਾਓ ਇੱਕ ਛੋਟੀ ਜੀ ਬ੍ਰੇਕ ਤੋਂ ਬਾਅਦ ਹੋਰ ਗੈਸ ਸਾਡੇ ਨਾਲ ਜੁੜੇ ਹਨ ਤੇ ਤੁਸੀਂ ਵੀ ਇਸ ਦਾ ਬਣ ਮਿਲਦੇ ਆ ਬ੍ਰੇਕ ਤੋਂ ਬਾਅਦ ਬ੍ਰੇਕ ਤੋਂ ਬਾਅਦ ਇੱਕ ਵਾਰ ਫਿਰ ਮੁੜ ਹਾਜ਼ਰ ਹੋਏ ਆ ਇੰਡੀਆ ਨੈਪਲਿਸ ਸਾਡੀ ਟੀਮ ਪਹੁੰਚੀ ਤੇ ਇਹ ਪ੍ਰੋਗਰਾਮ ਵੀ ਬਿਲਕੁਲ ਲਾਈਵ ਤੁਹਾਡੇ ਨਾਲ ਪੇਸ਼ ਕਰ ਰਹੇ ਮੈਂ ਮਾਫੀ ਮੰਗਨੀ ਹੈ ਸਾਡੇ ਵਿਊਅਰਸ ਤੋਂ ਜਿਨ੍ਹਾਂ ਨੂੰ ਲਾਈਵ ਪ੍ਰੋਗਰਾਮ ਦੇ ਵਿੱਚ ਕਾਲ ਕਰਨ ਦਾ ਮੌਕਾ ਮਿਲਦਾ ਹੈ ਅੱਜ ਕਾਲਾਂ ਨਹੀਂ ਲੈ ਰਹੇ ਬਟ ਸਾਡੇ ਗੈਸਟਸ ਇਹਨੇ ਮੈਂ ਕਹਾਂਗੀ ਇਨਸਾਈਟਫੁਲ ਇਹਨੇ ਵਧੀਆ ਸਾਡੇ ਨਾਲ ਡਿਸਕਸ਼ਨ ਸ਼ੇਅਰ ਕਰ ਰਹੇ ਆ ਕਿ ਆਮ ਸ਼ੋਰ ਕਿ ਤੁਸੀਂ ਵੀ ਇੰਜੋਏ ਕਰ ਰਹੇ ਹੋ ਅੱਜ ਉਹਨਾਂ ਨੂੰ ਸੁਣ ਕੇ ਸਾਡੀ ਗੱਲਾਂ ਸੁਣ ਕੇ ਕਿ ਕਿਸ ਤਰ੍ਹਾਂ ਇੰਡੀਆ ਨੈਪਲਿਸ ਦੇ ਵਿੱਚ ਸਾਡੀ ਕਮਿਊਨਿਟੀ ਆਮ ਨਾ ਕਿ ਸਿਰਫ ਇਸਟੈਬਲਿਸ਼ ਹੋਈ ਹੈ ਸੈਟਲ ਹੋਈ ਹੈ ਬਟ ਕਿ इस लेवल तक आज पहुंची हुई है तो जिथे कम्युनिटी दी एडवांंसमेंट प्रोग्रेस दी ਗੱਲ ਆਂਦੀ ਹੈ ਆਮ ਆਮ ਰੀਲੀ ਐਕਸਾਈਟਿਡ ਟੂ ਇੰਟਰੋਡਿਊਸ ਮਾਈ ਨੈਕਸਟ ਗੈਸ ਜਨਾ ਨੇ ਕੁਝ ਆਮ ਬਹੁਤ ਹੀ ਇਹੋ ਜਿਹੇ ਅਨੋਖੀਆਂ ਚੀਜ਼ਾਂ ਆਲਰੇਡੀ ਆਪਣੇ ਅਕਾਮਪਲਿਸ਼ਮੈਂਟਸ ਤੇ ਲਿਸਟ ਵਿੱਚ ਪਾ ਲੀਆਂ ਜੋ ਮੈਂ ਤਾਂ ਕਹਾਂਗੀ ਆਮ ਆਮ ਤੌਰ ਤੇ ਸਾਡੀ ਸੋਚ ਵਿੱਚ ਵੀ ਨਹੀਂ ਆਂਦੀਆਂ ਰਾਈਟ ਸੋ ਪਲੀਜ਼ ਜੁਆਇਨ ਮੀ ਇਨ वेलकमिंग आवर ਨੈਕਸਟ ਗੈਸ ਫॉर द ਇਵਨਿੰਗ ਆਮ ਮਿਸਟਰ ਮਨਿੰਦਰ ਸਿੰਘ ਵਾਲੀਆ ਜੀ ਸਭ ਤੋਂ ਪਹਿਲੇ ਤੁਹਾਡਾ ਸਵਾਗਤ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਜੀ ਥੈਂਕ ਯੂ ਸੋ ਮਚ ਆਪਣੇ ਜਿੰਨੇ ਵੀ ਦਰਸ਼ਕ ਜਸਟ ਇਵਨ ਦੇਖ ਰਹੇ ਨੇ ਜੀ ਸਾਰੇ ਆਈ ਊਡ ਸੇ ਥਰੂ ਆਊਟ ਅਮਰੀਕਾ ਕੈਨੇਡਾ ਐਸ ਵੈਲ ਐਸ ਏਸ਼ੀਆ ਜੀ ਥੈਂਕ ਯੂ ਸੋ ਮੱਚ ਫॉर ਗਿਵਿੰਗ ਅਸ ਦੀ ਓਪਰਚ्युनिटी ਮਨਿੰਦਰ ਸਿੰਘ ਵਮਨਿੰਦਰ ਸਿੰਘ ਜੀ ਮੈਂ ਸਭ ਤੋਂ ਪਹਿਲਾਂ ਤਾਂ ਵਿਊਅਰਸ ਨੂੰ ਦੱਸਣਾ ਚਾਹੁੰਦੀ ਬਿਕੋਜ਼ ਯੂ ਹੈਵ ਸੱਚ ਅ ਲੌਂਗ ਲਿਸਟ ਆਫ ਅਕਲੇਜ ਰਾਈਟ ਆਮ ਜਸਟ ਆਨ ਅ ਸਾਈਡ ਨੋਟ ਵਿਊਅਰਸ ਨੂੰ ਪਤਾ ਹੋਣਾ ਚਾਹੀਦਾ ਕਿ ਬ੍ਰੇਕ ਦੇ ਵਿੱਚ ਜੋ ਸਿਰਫ ਕੁਝ ਮਿੰਟਾਂ ਦੀ ਹੁੰਦੀ ਹੈ ਇੰਨੀ ਸਾਰੀ ਚੀਜ਼ਾਂ ਐਂ ਇਹ ਮਨਿੰਦਰ ਜੀ ਨਹੀਂ ਦੱਸ ਰਹੇ ਸੀ ਇੱਥੇ ਹੋਰ ਜੋ ਸਾਡੇ ਨਾਲ ਜੁੜਿਆ ਉਹ ਮੈਨੂੰ ਦੱਸ ਰਿਹਾ ਕਿ ਇਹ ਵੀ ਦੱਸੋ ਇਹ ਵੀ ਦੱਸੋ ਇਹ ਵੀ ਦੱਸੋ ਸੋ ਆਲਸੋ ਯੂ ਆ ਫਿਊ ਥਿੰਗਸ ਆਫ ਕੋਰਸ ਆਮ ਜੋ ਇੱਥੇ ਦੇ ਗੁਰਦੁਆਰੇ ਹੈਗੇ 74 ਵਾਲਾ ਗੁਰਦੁਆਰਾ ਉਹਦੇ ਤੁਸੀਂ ਪ੍ਰਧਾਨ ਕੇ ਪ੍ਰੈਜ਼ੀਡੈਂਟ ਰਹਿ ਚੁੱਕੇ ਹੋ ਬਟ ਯੂ نو देयर Um, you work with the police department here. Uh, you are on, are on the board of directors of the Immigrant um, Welcome Center. You are also part on the board of directors of the Asian American Alliance. Uh, you work with the Marion uh, City, uh, excuse me, Marion County group um, at the county level. And mm -hmm. a very interesting thing, that I You yeah. were the first Sikh graduate of the FBI Citizens Academy in 2010. So let's start with that, right? Okay, sure. Um, sure. you know, FBI, ਉਹ ਆਪਣੇ ਬੱਚਿਆਂ ਵਾਲੇ ਸੋਚਦੇ ਕਿ ਹਾਂ ਯੂ نو ਪੁਲਿਸ ਦੇ ਵਿੱਚ ਕੋਈ ਵੱਡੇ ਲੈਵਲ ਤੇ ਪਹੁੰਚੂਗਾ ਐਫਬੀਆਈ ਜ਼ਿਆਦਾਤਰ ਸਾਡੀ ਸੋਚ ਉਸ ਪਛਣੀ ਜਾਂਦੀ ਇਹ ਐਫਪੀਆਈ ਸਿਟੀਜ਼ਨਸ ਅਕੈਡਮੀ ਕਿਸ ਤਨਾ ਮਤਲਬ ਹਰ ਇਟਿਸ ਪਲੇਆਉਟ ਯੂ نو ਅਮ देयर ਔਰ ਲੋਟ ਆਫ ਚੈਲੰਜਸ ਜਦੋਂ ਮੈਂ ਕਹਾਂਗਾ ਆਈ ਬੀਨ ਹੇਅਰ ਸਿንስ 1990 90 ਜੀ ਤੇ 2007 ਦੇ ਵਿੱਚ ਇੱਥੇ ਜਿਹੜੀ ਕਮਿਊਨਿਟੀ ਸੀਗੀ ਕਾਫੀ ਵੱਡੀ ਪੱਧਰ ਤੇ ਮੂਵ ਹੋਣੀ ਸ਼ੁਰੂ ਹੋ ਗਈ ਸੀਗੀ ਜੀ ਸੋ ਫੋਰ ਐਬੀਆਈ অর ਐਨੀ ਐਨੀ ਲਾ ਐਨਫੋਰਸਮੈਂਟ ਸਰਟਨਲੀ देयर ਹੈਸ ਟੂ ਬੀ ਅ ਪ੍ਰੋਟੋਕਾਲ ਕਿ ਜੇ ਕਿਸ ਨੂੰ ਅਸੀਂ ਡਿਟੇਨ ਕਰਨਾ ਹੈ ਜਾਂ ਕਿਸ ਨੂੰ ਕੁਐਸਚਨ ਕਰਨਾ ਹੈ ਕੁਝ ਤੇ ਇਸ ਕੰਟਰੀ ਦੀ ਇੱਕ ਖਾਸੀਅਤ ਹੈ ਕਿ ਕਿਸੇ ਦੇ ਕਲਚਰ ਨੂੰ ਮੁੱਖ ਰੱਖਦੇ ਹੋਇਆ ਉਹਨਾਂ ਬਾਰੇ ਪਤਾ ਹੋਣਾ ਚਾਹੀਦਾ ਸੋ ਦੇ ਵਰ ਦੇ ਵਰ ਲੋਟ ਆਫ ਚੈਲੰਜਸ ਪੁਲਿਸ ਆਫੀਸਰਸ ਐਸ ਵੈਲ ਐਸ ਦੀ ਐਫ ਬੀ ਆਈ ਸਾਈਡ ਆਲਸੋ ਪੀਪਲ ਦੀ ਲਾਅ ਐਨਫੋਰਸਮੈਂਟ ਫੋਕਸ ਵਰ ਕਨਫਿਊਜ਼ਡ कि एक जे अमृतसरी सिख जा रहा है ते वो इफ ही इज ओवर स्पीडिंग और एनीथिंग दैट व्हेन वी पुल हिम ओवर ही हैज अ कृपाण एंड एवरीथिंग एंड यू नो पुलिस इज नॉट अवेयर ऑफ दैट कि कृपाण का मतलब क्या है ना वास्ते सिर्फ वेपन है सो इट वाज इट बिकेम अ वेरी वेरी अर्जेंट फॉर देम टू गो थ्रू द डाइवर्सिटी क्लास टू नो हु सिख आर सो दैट वाज द दे अप्रोच्ड गुरुद्वारा साहिब दैट वी आर सीइंग द कम्युनिटी इज मूविंग एथिक कम्युनिटी ने आ रही है गया ਤੇ ਵੀ ਵਾਂਟ ਟੂ ਬੀ ਅ ਪਾਰਟਨਰ ਸੋ ਸਰਟਨਲੀ ਜੇ ਸਾਨੂੰ ਕੋਈ ਸਾਨੂੰ ਕਹੇਗਾ ਕੋਈ ਤੇ ਐਜ਼ ਅ ਗੁਰਦੁਆਰਾ ਨਾਟ ਲਿਮਟਿਡ ਗੁਰਦੁਆਰਾ ਇਟਸੈਲਫ ਥੈਟ ਵੀ ਸ਼ੁੱਡ ਬੀ ਪ੍ਰੋਐਕਟਿਵ ਤੇ ਅਸੀਂ ਇਸ ਓਪਰਚੁਨਿਟੀ ਨੂੰ ਬੜੀ ਚੰਗੀ ਤਰੀਕੇ ਲਿਆ ਕਿ ਗੈਟ ਟੂ ਨੋ ਦ ਫੋਕਸ ਅਦਰ ਸਾਈਡ ਕਿ ਜੇ ਉਹ ਕੋਈ ਤੱਕਾ ਕਰਨ ਨੂੰ ਹੋਏਗਾ ਕੁਝ ਹੋਏਗਾ ਤੇ ਅਸੀਂ ਰਿਸਪੌਂਸਿਬਲ ਹੋਵਾਂਗੇ ਇਸ ਕਰਕੇ ਵੀ ਜੰਪਡ ਇਨਟੂ ਇਟ ਐਂਡ ਦੇ ਹੈਡ ਅ ਕਲਾਸ ਫੋਰ 3 ਮੰਥਸ ਐਵਰੀ ਟਿਊਸਡੇ So, which they were showing us also the side of the police academy as well as the FBI side. Mm. No such thing like that. Mm. So, it was a, uh, both sides. Mm. That's where we wanted to make sure that as mainstream, we are in. You know, we are back home, that's gone. This is our home so we have to maintain ourselves we have to we have to involve G civically G that is very important civic involvement. i'm so glad yeah. to see a loves virta because, um you know, of course, it's hard to say kiyokejo to adepishokara onutu sibel kul. you know, now they were a socho. the first generation. but there is a fine balance to be achieved here, right? A, yes. um, that yeah. if we are living here and we are going to live here for the long time, just an a period of jing um you know, Sadi gully generation in wapis india, jaketa, othizumi, nusamranani, you know, myagkar kuch ginti kuch sameli but for the most part we are here. Um, and it's not enough to be successful businessmen if we don't have a place at the table where the decisions are being made, right? Sure, yeah. So tell me about Jotusi uh, Kamkar, the Thick County Denal, right? Because um, once again, we think of local politics. We talk about local politics a lot. Um, it's fantastic the city council and osa level. Tak uh, you know, community um, to But what kind of work should we be doing beyond the city limits uh, when it comes to a county level? Jistra toada experience county level uh, I think becoming a council member for the county level, I don't see a big issue. ਕਿਉਂਕਿ ਜਿਹੜੀ ਆਪਣੀ ਇਸੋ ਲਿਵਿਓਨਿਟੀ ਅਮਰਖਾਲ ਪਰੰਜੀਤ ਭਾਜੀ ਦੱਸ ਕੇ ਗਏ ਨੇ 14 ਤੋਂ 15000 ਫੈਮਿਲੀ ਜਿਹੜੀ ਆ ਇੱਥੇ ਆ ਗਈ ਐ ਇਸ ਵੇਲੇ ਤੇ ਜੇ ਮੈਂ ਕਾਉਂਟੀਆਂ ਗਰੰਡ ਲਗਾ ਤੇ ਮੇਰੇ ਹਿਸਾਬ ਨਾਲ ਆਈ ਥਿੰਕ ਵੀ ਸ਼ੁਡ ਜੰਪ ਇਨਟੂ ਇਟ ਜਦੋਂ ਕੋਈ ਅਗਲੀ ਇਲੈਕਸ਼ਨ ਹੋਵੇ ਤੇ ਸਾਡਾ ਆਪਣਾ ਕਾਉਂਸਲਮੈਨ ਖੜਾ ਹੋਣਾ ਚਾਹੀਦਾ ਹੈ ਜੀ ਜੇ ਅਸੀਂ ਉਸ ਕਾਉਂਸਲ ਦੇ ਵਿੱਚ ਨਹੀਂ ਹੋਵਾਂਗੇ ਸਾਡੀ ਗੱਲ ਨਹੀਂ ਹੋਏਗੀ ਗੱਲ ਜ਼ਰੂਰ ਹੋਏਗੀ ਪਰ ਦੇ ਵਿਲ ਨਾਟ ਬੀ ਅਵੇਅਰ ਆਫ आवर ਡੇਲੀ ਰੂਟੀਨ ਲਾਈਫ ਦੇ ਵਾਂਟ ਨੋ ਹੂ ਵੀ ਆਰ ਜੱਟ ਦਾ ਕਸੂ ਦੇ ਵਿੱਚ ਨਹੀਂ ਜਾਵਾਂਗੇ ਜੀ ਵੀ ਹੈਵ ਟੂ ਸਟੈਪ ਇੰਟੂ ਇਟ ਜੀ ਤੋਂ ਉਹਦੇ ਵਿੱਚ ਤੁਸੀਂ ਗੱਲ ਕੀਤੀ ਹੈ ਕਿ ਬੱਚੇ ਪਿੱਛੇ ਜਾ ਕੇ ਉਹਨਾਂ ਦਾ ਪਛੋਕਰ ਇੰਡੀਆ ਦੇ ਵਿੱਚ ਉਹਨਾਂ ਨੂੰ ਨਹੀਂ ਪਤਾ ਪਰ ਮੈਂ ਯੂ نو ਆਈ ਸਰਟਨਲੀ ਆਈ ਵਿਲ ਚੇਂਜ ਮਾਈਂਡ ਔਨ ਥਿਸ ਜੀ ਜਸਟ ਨਾਓ ਆਈ ਊਲ ਆਈ ਸ਼ੁੱਡ ਸੇ ਦਿਸ ਟੂ ਯੂ ਜੀ ਇਫ ਫਾਰਮਰਾਂ ਦਾ ਜਿਹੜਾ ਮੁੱਦਾ ਨਾ ਹਮ ਜਿਹੜਾ ਵੀ ਯੂਥ ਹੈ ਵਰਲਡਵਾਈਡ ਸਿੱਖ ਡਾਇਸਪੋਰਾ ਵਰਲਡਵਾਈਡ ਆਈ ਥਿੰਕ ਦਿਸ ਇਸ ਬਰង ਅਸ ਇਟ ਡਿਫਰੈਂਟ એનਰਜੀ ਜੀ ਮੈਂ ਤਾਂ ਇਹ ਕਵਾਂਗਾ ਕਿ ਇੱਕ ਇੱਕ ਮਿਰਕਲ ਹੋਇਆ ਕਿ ਜਿਹੜੇ ਸਾਡੇ ਬੱਚਿਆਂ ਨੂੰ ਜਿਹੜਾ ਅਸੀਂ ਨਹੀਂ ਸਮਝਾ ਸਕੇ 84 ਸਾਲਾਂ ਕਿਸ ਤਰ੍ਹਾਂ ਹੋਈ ਅਸੀਂ ਨਹੀਂ ਸਮਝਾ ਸਕੇ ਵੀ ਵਾਸ ਨਾਟ ਏਬਲ ਟੂ ਟੈਲ ਦ ਟੇਲ ਆਫ ਆਵਰ ਸੈਲਵਸ ਵਾਟ ਹੈਸ ਹੈਪਨਡ ਬਟ ਇਸ ਫਾਰਮੂਲਾ ਦੇ ਮੁੱਦੇ ਨੇ ਮੇਰੇ ਖਿਆਲ ਬੱਚਿਆਂ ਨੂੰ ਪੰਜਾਬ ਦਾ ਇੰਨਾ ਜੋੜ ਦਿੱਤਾ ਕਿ ਮੈਂ ਸਮਝਦਾ ਕਿ ਕੋਈ ਮੂਮੈਂਟ ਇਸ ਤਰ੍ਹਾਂ ਨਹੀਂ ਕਰ ਸਕਦੀ ਸੀ ਜੀ ਜੀ ਸੋ ਆਈ ਊਡ ਸੇ ਟੂ ਬੈਲੈਂਸ ਦਿਸ ਥਿੰਗ ਆਵਰ ਕਿਡਸ ਆਰ ਵੈਰੀ ਨਰਜੈਰਿਕ ਦੇ ਆਰ ਵੈਰੀ ਐਜੂਕੇਟਿਡ and now they understand where our parents have come from, yeah. what they have seen, yeah. what atrocities they have uh, faced. they may have that come on. absolutely. but uh, i give you a prime example of, i'm sorry, no, no, please. jagmeet singh Hanji. member of parliament, mm -hmm. president of the uh, democratic party in uh, canada. canada yeah. i think that's. we should celebrate that moment. he's uh he's definitely a leader and it's not just him all the younger brother gurrattan yes. is also a, a member of parliament this is what i'm saying yeah te je tusi kaho ki america asi canada to kafi piche aa gaya Haan, par we are moving we are in, moving in the speed. right direction yes yes bas sanu ye chahida ki si jada sada youth chada no? hmm. main ehi message deanga main jada sada youth da sanu unna nu agge karna chahida ji jede sade bag jade pare paye ne india le lende hoye hun utthe rehnde hoye We have done our part. The baggage. Yes. Leave the baggage. Absolutely. Jee, jee, jee. i think we should encourage. We jee. should uh, empower our kids. Uh, Maninder Singh ji, I'm, I'm, I I I may thodeto specifics about because you know I, I, you seem like the kind of person um, that has some concrete steps, right? But I just want to make a comment jo see hun right? I was very lucky minu thodi India jaake coverage of yes. right? and i agree with you um jinna mere mapiyon mainu samjha nahi sake ke 84 ch ki hoya kis tarah sarkar ne ki kita kis tarah persecution hui hai na oh cheez um ajj agar tusi utthe jande ho ya tusi social media te aware hona is mauche bare ਕੀ ਕੁਛ ਹੋ ਰਿਹਾ ਜਿੰਨਾ ਤੁਹਾਨੂੰ ਕੋਈ ਸਮਝਾ ਨਹੀਂ ਸਕਿਆ ਨਾ ਉੱਥੇ ਅੱਜ ਉਸ ਚੀਜ਼ ਨੂੰ ਤੁਸੀਂ ਵੇਖ ਰਹੇ ਹੋ ਐਕਸਪੀਰੀਅੰਸ ਕਰ ਰਹੇ ਹੋ ਰਾਈਟ ਆ ਵੈਂਟ देयर ਐਂਡ ਆ ਸੋ ਆਵਡ ਮਾਈ ਸੈਲਫ ਕਿ ਓਕੇ ਅਗਰ ਅੱਜ 2021 ਦੇ ਵਿੱਚ ਇਦਾਂ ਹੋ ਰਿਹਾ ਜਦੋਂ ਹਰ ਇੱਕ ਥਾਂ ਤੇ ਕੈਮਰਾ ਲੱਗਿਆ ਹੋਇਆ ਹੈ ਔਸਟਾਈਮ ਕੀ ਹੋਇਆ ਹੋਣਾ ਰਾਈਟ ਸੋ ਆਈ ਅਗਰੀ ਕਿਸਮ ਦੀਤਾ ਹੈ ऑलरेडी ਜੀਤਾ ਹੈ ਕਿ ਜੋ ਯੂਥ ਜਿਸ ਤਰ੍ਹਾਂ એનਰਜਾਈਜ਼ ਹੋ ਕੇ ਪੰਜਾਬ ਤੇ ਪੰਜਾਬ ਦੇ ਅਜ ਸਭ ਤੋਂ ਵੱਡੇ ਮੁੱਦੇ ਨਾਲ ਜੁੜਿਆ ਆਈ ਡੋਨਟ ਥਿੰਕ ਐਨੀਥਿੰਗ ਹਰ ਹੈ ਬ੍ਰੌਟ ਅਬਾਊਟ ਰਾਈਟ ਸੋ देयर इज ਆਮ देयर इज ਅ ਸਿਲਵਰ ਲਾਈਨਿੰਗ ਟੂ एवरीथिंग ਆਮ ਨਿੰਦਰ ਸਿੰਘ ਵਾਲੀਆ ਜੀ ਦੇ ਨਾਲ ਗੱਲ ਹੋ ਰਹੀ ਹੈ ਹੀ ਇਜ਼ ਇਨਵੋਲਵਡ ਇਨ ਸੋ ਮਨੀ ਯੂਨੀਕ ਵੇਜ਼ ਜਿਦੇ ਨਾਲ ਸਾਡੀ ਕਮਿਊਨਿਟੀ ਦੀ ਸਿਵਿਕ ਇੰਪਾਵਰਮੈਂਟ ਹੋ ਸਕਦੀ ਹੈ ਉਹਦੀ ਗੱਲ ਕਰ ਰਹੇ ਆ ਇੰਡੀਆਨਾ ਤੋਂ ਸਾਡੇ ਨਾਲ ਹੋਰ ਵੀ ਵਕਫਾ ਗੈਸ ਸਨ ਤੇ ਪ੍ਰੋਗਰਾਮ ਵੀ ਇਸ ਤਰ੍ਹਾਂ ਚੱਲ ਰਿਹਾ ਹੈ ਤੁਸੀਂ ਕਿਥੇ ਨਾ ਜਾਓ ਮਿਲਦੇ ਆ ਇੱਕ ਛੋਟੀ ਜੀ ਬ੍ਰੇਕ ਤੋਂ ਉਸ ਬਾਅਦ ਬ੍ਰੇਕ ਤੋਂ ਬਾਅਦ ਇੱਕ ਬਾਰੀ ਫਿਰ ਮੁੜ ਹਾਜ਼ਰ ਹੋਏ ਆ ਤੇ ਪਹੁੰਚੇ ਆ ਇੰਡੀਅਨ ਨੈਪੋਲਿਸ ਦੇ ਵਿੱਚ ਗੱਲ ਹੋ ਰਹੀ ਹੈ ਮਨਿੰਦਰ ਸਿੰਘ ਮਨਿੰਦਰ ਸਿੰਘ ਜੀ ਦਿਨਾਲ ਸਭ ਤੋਂ ਪਹਿਲੇ ਮਨਿੰਦਰ ਸਿੰਘ ਵਾਲੀਆ ਜੀ ਤੁਹਾਡਾ ਪ੍ਰੋਗਰਾਮ ਦੇ ਵਿੱਚ ਇੱਕ ਬਾਰੀ ਫਿਰ ਸਵਾਗਤ ਮੈਂ ਵਿਊਅਰਸ ਨੂੰ ਦੱਸਣਾ ਚਾਹੁੰਦੀ ਆ ਮਨਿੰਦਰ ਸਿੰਘ ਵਾਲੀਆ ਜੀ ਤੀਤਵਦਸਾਲਾ ਤੋਂ ਇੱਥੇ ਸੈਟਲਡ ਹਨ ਇਹਨਾਂ ਦੀ ਫੈਮਿਲੀ ਇੱਥੇ ਹੈ ਯੂ ਹੈਵ 200 ਵੰਡਰਫੁਲ ਬॉयਜ਼ ਵਨ ਆਫ them ਇਸ ਅ ਨੇਵਲ ਆਫਿਸਰ ਸੋ ਅਮ ਵੰਡਰਫੁਲ ਟੂ ਹੀਅਰ that ਬਟ ਮਨਿੰਦਰ ਸਿੰਘ ਜੀ ਤੁਸੀਂ ਜਿੱਥੇ ਇੱਥੇ ਦੀ ਕਾਉਂਟੀ ਦੇ ਨਾਲ ਵੀ ਇਨਵੋਲਵਡ ਹੋ ਪੁਲਿਸ ਡਿਪਾਰਟਮੈਂਟ ਦੇ ਨਾਲ ਵੀ ਇਨਵੋਲਵਡ ਹੋ ਇਮੀਗ੍ਰੈਂਟ ਵੈਲਕਮ ਸੈਂਟਰ ਦੇ ਨਾਲ ਇਨਵੋਲਵਡ ਹੋ ਏਸ਼ੀਅਨ ਅਮਰੀਕਨ ਅਲਾਈਅንስ ਨਾਲ ਇਨਵੋਲਵਡ ਹੋ ਬੋਰਡ ਆਫ ਡਾਇਰੈਕਟਰਸ ਤੇ ਐਂਡ ਤੁਸੀਂ 74 ਗੁਰਦੁਆਰੇ ਦੇ ਪ੍ਰਧਾਨ ਗਿਰੀ ਦੇ ਨਾਲ ਵੀ ਵਾਕਿਵ ਹੋ ਅਮ ਜਦੋਂ ਯੂਥ ਦੀ ਗੱਲ ਆਉਂਦੀ ਹੈ ਰਾਈਟ ਆਪਾਂ ਥੋੜਾ ਜਿਹਾ ਗੱਲ ਕੀਤੀ ਹੈ ਕਿ ਇਸ ਤਰ੍ਹਾਂ ਇਹ ਮੋਰਚਾ ਜੋ ਇੱਕ ਚੀਜ਼ ਤਾਂ ਪੋਜ਼ਿਟਿਵ ਹੋਈ ਹੈ ਕਿ ਯੂਥ ਨੂੰ ਜੋ ਸ਼ਾਇਦ ਇੰਨੇ ਸੱਭਿਆਚਾਰ ਪੰਜਾਬ ਜਾਂ ਉੱਥੇ ਦੀ ਮੁੱਦਿਆਂ ਨਾਲ ਨਹੀਂ ਜਾਗਰੂਕ ਜਾਂ ਵਾਕਿਫ ਸੀਗਾ ਉਹਨਾਂ ਨੂੰ ਇੱਕਦਮ ਸੋਸ਼ਲ ਮੀਡੀਆ ਤੇ ਕਿੰਨਾ ਮਤਲਬ ਐਕਟਿਵ ਕਰਤਾ ਰਾਈਟ ਵਟ ਅਬਾਊਟ ਨੋਰਮਲ ਡੇ ਟੂ ਡੇ ਇਵੈਨਚੁਅਲੀ ਇਹ ਮੋਰਚਾ ਦਾ ਹੱਲ ਰਿਜ਼ਲਟ ਤਾਂ ਹੋਏਗਾ ਮੂਵਿੰਗ ਫੋਰਵਰਡ ਰਾਈਟ ਤੁਹਾਡੇ ਕੀ ਖਿਆਲ ਹਨ ਕਿ ਉਸ એનર્ਜੀ ਨੂੰ ਉਸ ਵੇਵ ਨੂੰ ਕਿਸ ਤਰ੍ਹਾਂ ਕੈਰੀ ਫਾਰਵਰਡ ਕੀਤਾ ਜਾ ਸਕਦਾ ਹੈ ਤਾਂ ਕਿ ਉਹ ਜੋ ਹੁਣ ਇੱਕਦਮ ਆਪਾਂ ਕਹਿ ਸਕਦੇ ਹਾਂ ਇਟਸ ਯੂਜ਼ ਦ ਯੰਗ ਪੀਪਲਸ ਵੋਕਬੁਲਰੀ ਵੋਕ ਹੋ ਚੁੱਕੇ ਹਨਾ ਉਹ ਜੋ ਯੂਥ ਵੋਕ ਹੋ ਚੁੱਕਿਆ ਪੰਜਾਬ ਦੇ ਮੁੱਦਿਆਂ ਨੂੰ ਲੈ ਕੇ ਉਸ ਚੀਜ਼ ਨੂੰ ਕਿੱਦਾਂ ਆਪਾਂ ਯੂ ਨੋ ਜਾਰੀ ਰੱਖ ਸਕਦੇ ਹਾਂ ਯੂ ਟਾਕਿੰਗ ਅਬਾਊਟ ਇਨ ਇੰਡੀਆ ਇਨ ਨੋ ਨਾ ਆਊਟਸਾਈਡ ਆਊਟਸਾਈਡ ਜੋ ਆਪਣੀ ਯੂਥ ਰਹਿੰਦੀ ਹੈ ਯਾ ਦੇਖੋ ਸੋਸ਼ਲ ਮੀਡੀਆ ਦਾ ਇੰਪੈਕਟ ਇਸ ਵੇਲੇ ਨਾ ਕਿ ਕੁਝ ਵੀ ਕਿਤੇ ਵੀ ਹੁੰਦਾ ਹੈ ਹੂੰ hmm. then you can tell right away what's happening ji so you know it's a prime uh, incident of 26 january ji lal qille da haan ji the main te hi kawanga ki jehde sade leader ne kisanan de sanyukt morche de ohna nu main dono judke koi benti karanga ji ki puraniyan politics jehdiyan ohna da time khatam ho chuka youth youth ko bade bade hathiyar ne te tusi ohna nu confidence de vich lavo ਯੂਥ ਆਰਨੋ ਲੋ ਜਿਆਦਾ ਪੜਿਆ ਲਿਖਿਆ ਉਹਨਾਂ ਨੂੰ ਇਗਨੋਰ ਨਾ ਕਰੋ ਜਿਹੜੀਆਂ ਪੋਲਿਟਿਕਸ ਪਹਿਲੇ ਚਲਦੀਆਂ ਆਈਆਂ ਉਹਦੇ ਵਿੱਚ ਪੰਜਾਬ ਦਾ ਨੁਕਸਾਨ ਹੀ ਹੋਇਆ ਔਰ ਅਸੀਂ ਉਸ ਨੁਕਸਾਨ ਦਾ ਮੁਆਫਜ਼ਾ ਅਜੇ ਤੱਕ ਦੇ ਰਹੇ ਹਾਂ ਤੇ ਪਰਸਨਲੀ ਆਈ ਹੈਵ ਸੀਨ 1984 ਤੇ ਮੈਂ ਇਹ ਕਵਾਂਗਾ ਕਿ ਵੀ ਡੂ ਨਾਟ ਵਾਂਟ ਟੂ ਸੀ ਅਨਦਰ 84 ਇੱਕ ਪੋਲਿਟਿਕਸ ਕਰਕੇ ਉਹਨਾਂ ਮਾਮਾ ਦੇ ਪੁੱਤਾਂ ਨੂੰ ਅਸੀਂ ਉਹਨਾਂ ਦਾ ਨੁਕਸਾਨ ਨਹੀਂ ਕਰਾ ਸਕਦੇ We, we had enough. We cannot afford that. I should be straightforward. That I should say what is there. Rather, that for my own benefit, my selfishness, I should not be hiding anything from anybody. Regardless, this is the largest protest in the world. And, and you know sad part is the world is not talking about it, which is okay you know we have to pay our price mm -hmm. but we are moving slowly. Our president hasn't said a single thing yet he spoke a little bit but not openly. Mm -hmm. few congressmen here and there they're saying we want the India is the biggest democratic country they should behave like that mm -hmm. they are not practically... you know following they have not followed this thing forever mm -hmm. are they going to do now ethe main kehna ki social <laughs> media da shukar hai ki unhone asli chehra jo india da bahar le aata ji bilkul you know mender singh ji ਰਿਓ ਐਂਡ ਤੁਸੀਂ ਯੂ نو ਇੱਕ ਕਿਸਾਨ ਆਗੋਂ ਨੂੰ ਇੱਕ ਖੁੱਲੀ ਅਪੀਲ ਕੀਤੀ ਹੈ ਕਿ ਤੁਸੀਂ ਥੋੜਾ ਜਿਹਾ ਜਗਾ ਮੂਵ ਓਵਰ ਕਰੋ ਇਹਨਾਂ ਲਈ ਤੇ ਫਿਰ ਤੁਹਾਡੇ ਕੀ ਖਿਆਲ ਹਨ ਜਿੱਦਾਂ ਦੀਪ ਸਿੱਧੂ ਜਾਂ ਲੱਖਾ ਸਦਾਨਾ ਨੂੰ ਜਿਸ ਤਰ੍ਹਾਂ ਦੀ ਫੋਲੋਇੰਗ ਬਟ ਉਹਨਾਂ ਦੇ ਪਿੱਛੇ ਯੂ نو ਸਮ ਟਾਈਮਸ ਯੂਨਿਟੀ ਦੀ ਕੁਐਸਚਨ ਉੱਠਦਾ ਹੈ ਕਿ ਇਹ ਜੋੜ ਰਹੇ ਹੈ ਜਾਂ ਇਹ ਵੰਡ ਰਹੇ ਹੈ ਤੁਹਾਡੇ ਕੀ ਖਿਆਲ ਹਨ ਇਨ ਦੋਨਾਂ ਤੇ ਦੇਖੋ ਮੈਂ ਇਹਦੇ ਵਿੱਚ ਆਈ ਵਿਲ ਨਾਟ ਬੀ ਟੇਕਿੰਗ ਇਦਰ ਸਾਈਡ ਬਟ ਦ ਸਾਈਡ ਇਜ਼ ਵਾਟ ਯੂ ਸੀ ਇਟ ਇਜ਼ ਥੇਰ ਆਈ ਐਫ ਲਾਰਡ ਮਨਜਿੰਦਰ ਸਿੰਘ ਸਿਰਸਾ ਫਰਸਟ ਆਫ ਆਲ ਡੀਜੀ ਪੀ ਸੀ ਐਮ ਸੀ ਦੇ ਉਹਨਾਂ ਦੇ ਦਿੱਲੀ ਗੁਰਦਾਰਪੁਰ ਉਹਨਾਂ ਜਿਹੜੇ ਯੂ ਨੋ ਆਈ ਹੀ ਹੈਜ਼ ਰਿਜ਼ਨ ਅਬਵ ਦੀ ਪਾਰਟੀ ਲਾਈਨ ਤੇ ਉਹਦੇ ਵਿੱਚ ਉਹਨਾਂ ਨੇ 300 ਵੱਧ 315 ਤੱਕ ਉਹਨਾਂ ਨੇ ਜਿਹੜੇ ਵੀ ਸਾਡੇ ਜਿਹੜੇ ਸਿੱਖ ਨੌਜਵਾਨ ਨੇ ਉਹਨਾਂ ਨੂੰ ਰਿਹਾ ਕਰਾਇਆ ਤੇ ਮੈਂ ਕਹਾਂਗਾ ਕਿ ਅਸੀਂ ਉਹਨਾਂ ਦੀ ਪਾਰਟੀ ਨੂੰ ਲਾਈਨ ਨੂੰ ਨਾ ਲੈ ਕੇ ਦੇਖੀਏ ਉਹਨਾਂ ਦੇਖੀਏ ਕਿ ਹੀ ਹੈਜ਼ ਰਿਜ਼ਨ ਅਬਵ ਪਾਰਟੀ ਲਾਈਨ ਸੋ ਦਿਸ ਇਜ਼ ਦਿਸ ਇਜ਼ ਵਾਟ ਮੈਟਰਸ ਸਾਨੂੰ ਸਾਰਿਆਂ ਨੂੰ ਹੀ ਇਹ ਚਾਹੀਦਾਗਾ ਦੇਖੋ ਅਸੀਂ ਜੇ ਦਿੱਲੀ ਪਹੁੰਚੇ ਹਾਂ ਮੋਰਚੇ ਤੇ ਤਾਂ ਹੀ ਪਹੁੰਚੇ ਉਹਨਾਂ ਜਵਾਨਾਂ ਦੇ ਕਰਕੇ ਉਹ ਯੂਥ ਕਰਕੇ ਅਸੀਂ ਉੱਥੇ ਪਹੁੰਚੇ ਹਾਂ ਨਹੀਂ ਤੇ ਉੱਥੇ ਤੇ ਨਵ ਆਈ ਥਿੰਕ ਨਵਦੀਪ ਸਿੰਘ অর ਨਵਦੀਪ ਸਿੰਘ ਰਾਈਟ who has you know busted that cannon war cannon ਉਹਨੇ ਮੂੰਹ ਮੋੜਤਾ ਉਹਦਾ ਮਤਲਬ ਇਹ ਹੈ ਕਿ ਯੂਥ ਨੇ ਸਾਨੂੰ ਹਰ ਵੇਲੇ ਲੋੜੀ ਗਈ ਹੈ ਨਾਲ ਦੇਖੋ ਯੂਥ ਵਿੱਚ ਥੇਅਰ ਐਨਰਜੈਟਿਕ ਐਸ ਵੈਲ ਐਸ ਆਈ ਏਮ ਸੋ ਗਲਾਡ ਟੂ ਸੀ ਦੀਪ ਸੂਦਸ how eloquently he speaks mm. and how well educated he is i'm not taking anybody's side what i'm saying is jado mudda jado kisan da mor kisan da morcha ithe tak pahunch gaya te sanu har kise de talent di load hai we should not be forgetting this thing Absolutely. you know i think uh, the, the diversity yes diversity must lakhas hmm. daana lakhas daana da bada wadda contribution hai wo ajda nahi keh raha it's a matter of aj sanu ਫਸਲਾਂ ਦੀ ਵੀ ਲੋੜ ਹੈ ਸਾਨੂੰ ਨਸਲਾਂ ਦੀ ਵੀ ਲੋੜ ਹੈ ਤੇ ਪੰਜਾਬ ਨੂੰ ਅੱਜ ਹੋਣ ਦੀ ਵੀ ਲੋੜ ਹੈ ਬਿਲਕੁਲ ਯੂ نو ਸੋ ਇਟ ਇਟ ਇਜ਼ ਸਿੰਪਲੀ ਨਾਟ ਦੈਟ ਕਿ ਅਸੀਂ ਇਹ ਤਿੰਨ ਬਿੱਲ ਰੱਦ ਕਰਾ ਕੇ ਐਮਐਸਪੀ ਲੈ ਕੇ ਅਸੀਂ ਘਰ ਚੱਲਾਂਗੇ ਵਾਪਸ ਦੈਟ ਇਜ਼ ਨਾਟ ਦ ਐਂਡ ਆਫ ਇਟ ਮੇਰੇ ਕੋਲ ਸਿੱਧੂ ਭਾਜੀ ਨੇ ਬੜੀ ਸੋਹਣੀ ਗੱਲ ਕਹੀ ਸੀ ਕਿ ਕਿਸਾਨ 70 ਸਾਲਾਂ ਤੋਂ ਪਹਿਲੇ ਹੀ ਉੱਥੇ ਸੀਗਾ ਅੱਜ ਦੋਸਤੋ ਵੀ ਮਾੜਾ ਬੁਰਾ ਬਹੁਤ ਬੁਰਾ ਹਾਲ ਹੈ ਆਈ ਡੋਨਟ ਹੈਵ ਐਨੀ ਬੈਕਗਰਾਉਂਡ ਇਨ ਇਨ ਫਾਰਮਿੰਗ ਜੀ ਬਟ ਯੂ نو ਵਾਟ ਆਈ ਐਮ ਇਕੁਅਲੀ ਪਾਰਟਿਸਪੈਂਟ ਵਾਈ ਆਈ ਇੰਜੋਏ ਥਰੀ ਮੀਲਸ ਡੇ exactly absolutely you know how can you deny that absolutely the kamangaki this is the time history will ask us as individual. riju contribution of farmers waste great question you know this is what i tell the youth also what is your contribution history we're not here to make history history is here to make us that is according to ah. martin luther king yes absolutely yes. Yes. wonderful line but andar sang ji tonu lagda hai ki jithe morcha i mean once again sade ko samajh zyada nahi reh gaya but i, I do you tumsi bahut interesting points itthe bana rahe ho so main tode to puchna chahndi ha ek young advocate uh, de naal meri recently gal hui india delhi wo uh, wo work kar re volunteer kar re and unne mainu keha hai na main main young ha te kuch leaders unna da main naam nahi le sakda ਉਹਨੇ ਮੈਨੂੰ ਡਿਸਮਿਸ ਕੀਤਾ ਕਿਉਂਕਿ ਮੈਂ ਉਹਨਾਂ ਨੂੰ ਇਹ ਸੁਜੈਸ਼ਨ ਦਿੱਤੀ ਤੇ ਮੈਂ ਤੁਹਾਡਾ ਖਿਆਲ ਰੇਤੇ ਲੈਣਾ ਚਾਹੁੰਦੀ ਆ ਇਸ ਐਡਵੋਕੇਟ ਨੇ ਕਿਹਾ ਕਿ ਇਹ ਕਿਸਾਨੀ ਮੁੱਦਾ ਜੋ ਤੱਕ ਰਹੂਗਾ ਇਹਨੇ ਉੱਥੇ ਤੱਕ ਹੀ ਰਹਿ ਜਾਣਾ ਜਿੱਥੇ ਇਹ ਪਿਛਲੇ ਕਿੰਨੇ ਡੈਕੇਡਸ ਤੋਂ ਹੈ ਹੈਨਾ ਕਹਿੰਦਾ ਮੈਂ ਆਗੂਆਂ ਦੇ ਅੱਗੇ ਅਪੀਲ ਕਰ ਰਿਹਾ ਕਿ ਤੁਸੀਂ ਇਹਨੂੰ ਇੱਕ ਕੰਜ਼ਿਊਮਰ ਦਾ ਮੁੱਦਾ ਬਣਾਓ ਇਹ ਤਦ ਹੀ ਜਲ ਅੰਦੋਲਨ ਹੋਏਗਾ ਇਹ ਤਦ ਹੀ ਪੀਪਲਸ ਮੂਵਮੈਂਟ ਬਣੂਗੀ ਕਿ ਇੰਡੀਆ ਦੇ ਵਿੱਚ ਅੱਜ ਦੀ ਡੇਟ ਦੇ ਵਿੱਚ ਜਿਸ ਤਰ੍ਹਾਂ ਤੁਸੀਂ ਕਿਹਾ ਯੂ ਕੇਅਰ ਬਾਤਰੀ ਮੀਲਸ ਅ ਡੇ ਉੱਥੇ ਦਾ ਜੋ ਮਿਡਲ ਕਲਾਸ ਯੂ نو ਆਮ ਜਨਤਾ ਹੈ ਜੋ ਨਾ ਪੰਜਾਬ ਜਾਂ ਹਰਿਆਣਾ ਤੋਂ ਕਿਸਾਨੀ ਦੇ ਵਿੱਚ ਜੁੜੀ ਹੋਈ ਹੈ ਉਹਨਾਂ ਨੂੰ ਤੁਸੀਂ ਇਹ ਸਮਝਾਤਾ ਕਿ ਤੁਹਾਡੀ ਕੀ ਕੰਜ਼ਿਊਮਰ ਦੇ ਤੌਰ ਤੇ ਲਾਈਫ ਕਿਸ ਤਰ੍ਹਾਂ ਨੈਗੇਟਿਵਲੀ ਇੰਪੈਕਟ ਹੋਏਗੀ ਤਦ ਜਾ ਕੇ ਕੁਝ ਹੋ ਸਕਦਾ ਤੁਹਾਡਾ ਕੀ ਖਿਆਲ ਹੈ ਸੀਬਸolutely absolutely ਦੇਖੋ ਅਸੀਂ ਜੇ ਸਾਰੇ ਰਿਸੋਰਸਸ ਨਹੀਂ ਯੂਜ਼ ਕਰਾਂਗੇ ਤੇ ਯੂ نو ਕਹਿੰਦੇ ਲੱਕੜ ਨੂੰ ਅੱਗ ਅੱਗਿਓਂ ਲੱਗਦੀ ਤੇ ਪਿੱਛੇ ਜਾਂਦੀ ਹੈ সো ਜੇ ਫਾਰਮਰਾਂ ਨੂੰ ਤਕਲੀਫ ਹੋਈ ਹੈ ਨਾ ਤੇ ਉਹ ਸਾਰਾ ਜਿਹੜਾ ਉਹਨੇ ਵਧਣਾ ਹੀ ਵਧਣਾ ਹੈਗਾ ਘਟਣਾ ਨਹੀਂ ਹੈਗਾ ਦੇ ਆਰ ਦ ਬੈਕਬੋਨ ਆਫ ਇੰਡੀਆ ਜੀ ਫਾਰਮਰਸ 85% farmers are marginal farmers in punjab Gee. Okay, Gee. Or india i would small say small land holdings private farming they can't, yeah. how could they afford to travel to sell their crops Gee. They can't. so it is you know it, it, it it's a very serious issue hmm. and uh, senior leaders it's again my request hmm. ਇਹ ਜਿਹੜੇ ਜਨੂਨੀ ਸਭ ਖੱਪ ਪਾਉਂਦੇ ਨੇ ਰੂਲਦੂ ਸਿੰਘ ਜੀ ਖੱਪ ਪਾਉਂਦੇ ਨੇ ਮੈਂ ਤਾਂ ਨਾਮ ਯਾਦ ਹੋ ਗਏ ਨੇ ਸਾਰੇ ਆਫ ਕੋਰਸ ਸੋ ਵਾਟ ਆਮ ਸੇਇੰਗ ਇਜ਼ ਕਿ ਦੇ ਆਲ ਨੀਡਸ ਟੂ ਗੈਟ ਗੋ ਸੋ ਸੀ ਸਾਡੇ ਪੁੱਤਰੋ ਸਾਨੂੰ ਤੁਹਾਡੇ ਤੇ ਮਾਨਾ ਤੁਸੀਂ ਤੋ ਦੇ ਆਰ ਸੀਇੰਗ ਸੋ ਮਚ ਇੰਟੈਲੈਕਟ ਹਮ ਯੂ ਨੋ ਇਟਸ ਅਮੇਜ਼ਿੰਗ ਤੇ ਸਾਨੂੰ ਚਾਹੀਦਾ ਹੈ ਕਿ ਅਸੀਂ ਉਹਨਾਂ ਨੂੰ ਕਲਾਵੇ ਚ ਲਈਏ ਤੇ ਉਹਨਾਂ ਦੀ ਉਹਨਾਂ ਦੇ ਵਿਚਾਰ ਸੁਣੀਏ ਲੱਖਾ ਸਦਾਣਾ ਦੀਪ ਸਿੱਧੂ ਦੇ ਆਰ ਨਾਟ ਲੁਕਿੰਗ ਫਾਰ ਲੀਡਰਸ਼ਿਪ ਦੇ ਆਰ ਸੇਇੰਗ ਸਿੰਪਲੀ ਵਰਕ ਵਿਦ ਅਸ ਵੀ ਕੈਨ ਸਰਟਨਲੀ ਹੈਲਪ ਯੂ ਜੀ And that should be the case. And every uh, single citizen, we are a global citizens now. Absolutely. We should be concerned. Farming a world level. Is the farmers in Africa? are they getting paid enough Absolutely. in the mexico I mean, in the islee there's a former protest in france wo apne tractor laake unne highway you. block kitte hoyi si ye ta kuch dinan di gall hai um you to you to say ke hor statement kiti main janne de question puchna hai tu si keha ke lakha sidhan deep sidhu nu leadership ni chahidi kal agar inna nu ticket te paya janda hai tonu lagda hai mukar jaan ge that is their program that's their personality if we have the leaders like him then they're all welcome ji, why not ji, ji, absolutely ji, 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 ji. i open arms ji, we welcome them we want to see the future we want to see the prosperous Punjab mm -hmm. what are we doing ji. we're not less than anybody else absolutely you know? um, but I think it remains to be seen But these uh, e emerging leaders make e role um, hai te hai, right yes. but we have to end ਵੰਡਰਫੁਲ ਗੈਸਟ ਸਮੇ ਇੱਕ ਵਾਰੀ ਫਿਰ ਪਰਮਜੀਤ ਸਿੰਘ ਜੀ ਦਾ ਪ੍ਰਧਾਨ ਜੀ ਦਾ ਤੇ ਮਨਿੰਦਰ ਸਿੰਘ ਜੀ ਦਾ ਜੋ ਕਿ ਆਲਸੋ ਪ੍ਰਧਾਨ ਜੀ ਰਹਿ ਚੁੱਕੇ ਆ ਦੋਨਾਂ ਦਾ ਧੰਨਵਾਦ ਕਰਦੀ ਆ ਲਖਵੀਰ ਸਿੰਘ ਜੋਹਲ ਜੀ ਜਿਨ੍ਹਾਂ ਨੇ ਇੰਡੀਆ ਪੈਲੇਸ ਰੈਸਟੋਰੈਂਟ ਸਾਡੇ ਲਈ ਇੱਥੇ ਸਾਨੂੰ ਜਗ੍ਹਾ ਦਿੱਤੀ ਐਂਡ ਆਫ ਕੋਰਸ ਜੋ ਸਾਡੀ ਸਾਰੀ ਇੰਡੀਆ ਨੈਪਲਸ ਦੀ ਕਮਿਊਨਿਟੀ ਸਾਡੇ ਨਾਲ ਜੁੜੀ ਹੈ ਐਂਡ ਜੋ ਬਾਕੀ ਸ਼ਹਿਰਾਂ ਦੇ ਵਿੱਚ ਆਪਾਂ ਆ ਰਹੇ ਆ ਤੁਹਾਨੂੰ ਜਲਦ ਮਿਲਾਂਗੇ ਬਟ ਹੁਣ ਸਾਨੂੰ ਦਿਓ ਇਜਾਜ਼ਤ ਸਸਿਕਾ